ਇਹ ਤਾਂ ਜਦੋਂ ਪੁਰਾਣੇ ਜ਼ਮਾਨਿਆਂ ਵਿੱਚ ਉਹਨੂੰ ਕਹਿੰਦੇ ਸੀ ਛਿੰਝ ਪਈ, ਛਿੰਝ ਉਹ ਜਦੋਂ ਛਿੰਝ ਪੈਂਦੀ ਹੈ ਤਾਂ ਛਿੰਝ ਚ ਕੀ ਹੈ? ਜਿਹੜਾ ਦਾ ਵਾਲਾ ਹੁੰਦਾ ਉਹਦੇ ਕੋਲ ਦੋ ਚੀਜ਼ਾਂ, ਜਿਹੜਾ ਜੇਤੂ ਹੈ ਜੇਤੂ ਹੈ, ਆਪਾਂ ਸਲੋਕ ਜਿਹੜਾ ਪੜ੍ਹਿਆ ਗੁਰੂ ਤੇਗ ਬਹਾਦਰ ਸਾਹਿਬ ਦਾ, ਇੱਥੇ ਆਉਣਾ ਉੱਥੇ ਆਉਣਾ, ਇਹ ਤਾਂ ਸਿਰਫ ਤੁਹਾਡੀ ਉੱਥੇ ਹਾਜ਼ਰ ਸਾਹਮਣੇ ਦੇ ਕੇ ਵਾਪਸ ਇੱਥੇ ਆ ਰਹੇ ਹਨ। ਜਿਸ ਬੰਦੇ ਦੇ ਕੋਲ ਤਾਕਤ ਹੈ ਸਰੀਰ ਦੇ ਵਿੱਚ, ਜਿਹਦੇ ਬਾਹਾਂ 'ਚ ਜ਼ੋਰ ਹੈ ਔਰ ਨਾਲ ਉਹਦਾ ਦਿਮਾਗ ਵੀ ਤੇਜ਼ ਚੱਲਦਾ ਹੈ, ਜਿਹਦੇ ਕੋਲ ਜ਼ੋਰ ਹੈ ਔਰ ਅਕਲ ਹੈ, ਉਹ ਤਕੜੇ ਤੋਂ ਤਕੜੇ ਪਹਿਲਵਾਨ ਨੂੰ, ਰੈਸਲਰ ਨੂੰ ਮੂੰਹਾਂ ਮਾਰਦਾ ਚੁੱਕ ਕੇ, ਉਹਨਾਂ ਨੇ ਧੋਬੀ ਪਟਕਾ ਮਾਰਨਾ, ਘੁਮਾ ਕੇ ਸੁੱਟਦਾ ਸੀ। ਮਹਾਰਾਜ ਬਾਣੀ ਨੂੰ ਬਸਣ ਡਰਦੇ ਕਹਿੰਦੇ ਜਿਹਦੇ ਕੋਲ ਤਾਕਤ ਘੱਟ ਹੈ ਉਹ, ਜਿਹਦੇ ਕੋਲ ਤਾਕਤ ਨਹੀਂ ਉਹ ਡਿੱਗ ਜਾਂਦਾ। ਹੁਣ ਇਹ ਜਿਹੜਾ ਬਚਨ ਸਾਡੇ ਸਾਹਮਣੇ ਆਇਆ ਨਾ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜਦੋਂ ਬਚਨ ਕਰਦੇ ਇਹ ਤਾਕਤ ਤਾਂ ਹੋ ਗਈ ਖਤਮ, ਬਲ ਛੁੱਟ ਕੇ ਹੋ, ਬਲ ਛੁੱਟ ਕੇ ਹੋ, ਤਾਕਤ ਹੋ ਗਈ ਖਤਮ। ਜਿਹੜੇ ਰੈਸਲਰ ਦੇ ਕੋਲ ਤਾਕਤ ਨਹੀਂ ਉਹਨੇ ਲੜਨਾ, ਉਹਦੇ ਲੱਤਾਂ ਬਾਹਾਂ ਤੋੜਾ ਕੇ ਆਣੀਆਂ, ਹੱਡੀਆਂ ਤੋੜ ਦੇਣੀਆਂ ਉਹਨਾਂ ਨੇ ਬਾਹਰ। ਤੇ ਜਿਸ ਇਨਸਾਨ ਦੇ ਕੋਲ, ਜਿਹੜੇ ਬੰਦੇ ਦੇ ਕੋਲ ਆਤਮਕ ਸ਼ਕਤੀ ਨਹੀਂ, ਉਹ ਰੋਜ਼ ਹੀ ਪੁੱਟ ਖਾਂਦਾ ਜਾ, ਰੋਜ਼ ਪੁੱਟ ਖਾਂਦਾ। ਇਹ ਸਪਿਰਚੁਅਲ ਲੈਵਲ ਦੀ ਗੱਲ ਹੈ, ਇਟਸ ਨਾਟ ਅਬਾਊਟ WWE ਔਰ WWF, ਆਈ ਐਮ ਨਾਟ ਟਾਕਿੰਗ ਅਬਾਊਟ ਦੋਸ ਥਿੰਗਸ। ਇਹ ਸਾਡੇ ਅੰਦਰ ਦੀ ਗੱਲ ਹੈ, ਇਹ ਤਾਂ ਸਾਡੇ ਮਨ ਦੀਆਂ ਬਾਤਾਂ ਦੀਆਂ ਬਾਤ। ਮਹਾਰਾਜ ਤੁਹਾਡੇ ਬਚ, ਮਹਾਰਾਜ ਦੇ ਬਚਨ ਤੁਹਾਡੇ ਸਾਹਮਣੇ ਨੇ। ਸਾਹਿਬ ਕਹਿੰਦੇ ਬਲ ਛੁੱਟ ਕੇ ਉਹ ਤਾਕਤ ਖਤਮ ਹੋਈ, ਜਿਉਂ ਆਤਮਕ ਸ਼ਕਤੀ ਖਤਮ ਹੁੰਦੀ ਹੈ ਬੰਦਾ ਬੰਧਨਾਂ ਵਿੱਚ ਪੈ ਜਾਂਦਾ, ਬੰਧਨ ਪਰੇ, ਬੰਧਨ ਪਰੇ ਮਤਲਬ ਬਹੁਤ ਜ਼ਿਆਦਾ ਬੰਧਨ ਪੈ ਗਿਆ। ਜਿਹੜਾ ਆਤਮਕ ਤੌਰ ਤੇ ਬਲਵਾਨ ਹੈ, ਤਾਕਤਵਰ ਹੈ, ਜਿਹਦੇ ਕੋਲ ਜ਼ੁਰਦ ਹੈਗੀ ਹੈ, ਉਹਦੇ ਉੱਤੇ ਕਿਸੇ ਬੰਧਨ ਦਾ ਕੋਈ ਅਸਰ ਨਹੀਂ ਪੈ ਸਕਦਾ। ਇੱਕ ਮੈਂ ਬੜੀ ਤਾਕਤਵਰ ਬੀਬੀ ਵੇਖੀ, ਉਹਨੇ ਮੈਂ ਪਿੱਛੇ ਵੀ ਜ਼ਿਕਰ ਕੀਤਾ ਸੀ, ਸਿਰਫ ਉਦਾਹਰਣ ਦੇਣ ਵਾਸਤੇ ਤੁਸੀਂ ਇਸ ਚੀਜ਼ ਨੂੰ ਪਕੜ ਸਕੋ। ਤਾਕਤਵਰ ਲੋਕਾਂ ਦੀ ਕੀ ਨਿਸ਼ਾਨੀ ਹੁੰਦੀ ਸਾਡੀ? ਉਹ ਬੰਧਨ 'ਚ ਨਹੀਂ ਪੈਂਦੇ ਕਿਸੇ ਦੇ, ਉਹ ਕਿਸੇ ਦੇ ਬੰਧਨ 'ਚ ਨਹੀਂ ਪੈਂਦੇ। ਉਹ ਕਹਿੰਦੇ ਨੇ ਅਸਲੀ ਉਹ ਰੈਸਲਰ ਦੀ ਨਿਸ਼ਾਨੀ ਹੁੰਦੀ, ਤੁਸੀਂ ਉਹਦਾ ਗੁੱਟ ਫੜ ਕੇ ਨਾ, ਗੁੱਟ ਪੈਂਦੇ ਨੇ ਇਸ ਤਰ੍ਹਾਂ, ਗੁੱਟ ਫੜ ਕੇ ਰੱਖ ਨਹੀਂ ਸਕਦੇ ਦੋ ਮਿੰਟ, ਤੁਹਾਨੂੰ ਪਤਾ ਵੀ ਨਹੀਂ ਲੱਗੇਗਾ ਉਹ ਕਿਹੜੇ ਕਿਹੜੇ ਹੱਥੋਂ ਐਂ ਨਿਕਲਦੇ ਆ, ਐਂ ਮਾਰਦਾ ਉਹ ਜਾਂਦਾ ਹੀ ਤਾਰੇ ਮਾਰ ਕੇ। ਅਸਲੀ ਰੈਸਲਰ ਉਹਨੂੰ ਮੰਨਿਆ ਜਾਂਦਾ ਜਿਹੜਾ ਗੁੱਟ ਫੜੇ ਛੜਾ ਕੇ ਉੱਡ ਜਾਣਾ। ਦੇਖਿਆ ਕਬੱਡੀ ਦੇ ਮੈਚ ਜਦੋਂ ਨੌਜਵਾਨ ਖੇਡਦੇ ਹੁਣ ਕਈ ਤਰ੍ਹਾਂ, ਵੈਸੇ ਮੈਂ ਉਹ ਪ੍ਰਮਾਣ ਇੱਥੇ ਦੇ ਰਿਹਾ ਕਿ ਖਿਆਲ 'ਚ ਨਾ ਰਹਿ ਤੁਸੀਂ ਕੋਈ ਉਦਾਹਰਣ ਬਾਹਰੋਂ ਦੇਤੀ, ਸ਼ਾਇਦ ਬਾਤ ਵਜਨ ਕਮਕ ਭੇਰੀਆਂ ਮਲ ਲੱਥੇ ਲੈਂਦੇ ਫੇਰੀਆਂ, ਜਦੋਂ ਭੇਰੀਆਂ ਵਰਗੀਆਂ ਸਭ ਹੋਈ ਛਿੰਝ ਇਕੱਠੀਆਂ, ਦਈ ਬੈਠਾ ਵੇਖੈ ਆਪ ਜੀਓ, ਛਿੰਝ ਪੈ ਰਹੀ ਮਾਲਕ ਬੈਠਾ ਹੋਇਆ, ਅਸੀਂ ਖੋਲਣ ਵਾਸਤੇ ਆਏ ਹਾਂ, ਅਸੀਂ ਰੈਸਲਰ ਹਾਂ ਅਸੀਂ ਸਾਰੇ, ਔਰ ਅਸੀਂ ਕਈ ਵਾਰੀ ਮਾਰ ਖਾਂਦੇ ਹਾਂ, ਕਈ ਵਾਰੀ ਕੁੱਟੇ ਜਾਂਦੇ ਹਾਂ। ਫਿਰ ਸਤਿਗੁਰ ਮਹਾਰਾਜ ਸੱਚੇ ਪਾਤਸ਼ਾਹ ਤੇਰੇ ਕੋਲ ਆਏ, ਮਹਾਰਾਜ ਸੱਚੇ ਪਾਤਸ਼ਾਹ ਨੇ ਸਿਰ ਦੇ ਉੱਤੇ ਹੱਥ ਰੱਖਿਆ, ਜਦੋਂ ਗੁਰੂ ਗ੍ਰੰਥ ਸਾਹਿਬ ਨੇ ਹੱਥ ਰੱਖਿਆ ਮਹਾਰਾਜ ਕਹਿੰਦੇ ਮੈਂ ਤੇਰੀ ਪਿੱਠ ਤੇ ਖਲੋਤਾ, ਤੈਨੂੰ ਮੈਂ ਡਿੱਗਣ ਨਹੀਂ ਦਿਆਂਗਾ, ਤੈਨੂੰ ਟੁੱਟਣ ਨਹੀਂ ਦਿਆਂਗਾ। ਜਿਹਦੇ ਅੰਦਰ ਤਾਕਤ ਹੈ ਉਹਨੂੰ ਡਿਗਾਉਣ ਵਾਸਤੇ, ਰੈਸਲਿੰਗ ਕਰਨ ਵਾਸਤੇ ਕੋਈ ਉਹਦੇ ਸਾਹਮਣੇ ਆਇਆ ਖਲੋਤਾ, ਬਿਲਕੁਲ ਟੂ ਦਾ ਪੁਆਇੰਟ ਉਦਾਹਰਨ ਸੁਣੀ ਤੁਸੀਂ ਪਹਿਲਾਂ ਵੀ, ਪਰ ਸਿਰਫ ਇਹ ਸਲੋਕ ਦੇ ਅਰਥਾਂ ਕਰ ਰਿਹਾ ਕਿਉਂਕਿ ਜ਼ਿਆਦਾ ਕਲੀਅਰ ਹੋ ਜਾਵੇ। ਉਹ ਰਾਜੇ ਵਾਲੀ ਘਟਨਾ ਯਾਦ, ਜਦੋਂ ਇੱਕ ਰਾਜਾ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕੋਲ ਆਇਆ, ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅੱਗੇ ਆਉਂਦਾ, ਮਾਣ ਦੇ ਨਾਲ ਇੱਕ ਬੜਾ ਸੋਹਣਾ ਡੱਬਾ ਖੋਲਦਾ, ਵਿੱਚੋਂ ਕੀ ਕੱਢ ਕੇ ਦਿੰਦਾ? ਇੱਕ ਨਗੀਨਾ, ਬੜਾ ਸੋਹਣਾ ਡਾਇਮੰਡ ਕੱਢਦਾ, ਕਹਿੰਦਾ ਮਹਾਰਾਜ ਤੁਹਾਡੇ ਵਾਸਤੇ ਆ ਡਾਇਮੰਡ ਲੈ ਕੇ। ਤੇ ਜੇ ਤਾਂ ਕੋਈ ਆਮ ਬੰਦਾ ਹੋਵੇ ਨਾ, ਤਾਂ ਦੇਖਦਾ ਹੀ ਰਹਿ ਜਾਏ, ਅੱਛਾ ਇਟਸ ਫੋਰ ਮੀ, ਮਤਲਬ ਇਹ ਚੀਕਾਂ ਹੀ ਨਿਕਲ ਜਾਂਦਾ, ਮੇਰੇ ਵਾਸਤੇ ਇੰਨਾ ਕੀਮਤੀ, ਇੰਨੀ ਵਧੀਆ ਚੀਜ਼ ਮੇਰੇ ਵਾਸਤੇ ਦੇ ਰਹੀ, ਕਿਸੇ ਨੂੰ ਤੁਸੀਂ ਦਿਓ ਸੀ ਕੋਈ ਗੋਲਡ ਦੀ ਚੀਜ਼ ਦੇ ਦਿਓ, ਕੋਈ ਡਾਇਮੰਡ ਦੇ ਦਿਓ, ਉਹ ਵੀ ਇਹਦੀ ਕੀਮਤ ਜਿਹੜੀ ਆ, ਉਹ ਜਿਹੜੀ ਆ ਇਹਦੀ ਕੀਮਤ ਜਿਹੜੀ 50 ਲੱਖ ਬਾਟ ਇਹਦੀ ਕੀਮਤ ਹੈ, ਅੱਛਾ ਉਹਦੇ ਰਾਤ ਨੂੰ ਉਹਨੂੰ ਕਹੋ ਤੈਨੂੰ ਦੋ ਦਿਨ ਰੋਟੀ ਨਹੀਂ ਦੇਣੀ, 50 ਲੱਖ ਬਾਟ ਦਾ ਡਾਇਮੰਡ ਹੈ, ਉਹ ਕਹਿੰਦਾ ਕੋਈ ਨਹੀਂ ਇਹਦੀ ਸਰਾਣੇ ਰੱਖ ਕੇ ਸੋਣਾ, ਮੈਨੂੰ ਭੋਗੇ ਤੇ ਲੱਗਣੀ, ਉਹ ਸੱਚੀ ਗੱਲ ਉਸ ਲੱਗ ਰਹੀ। ਮਹਾਰਾਜ ਦੇ ਅੱਗੇ ਜਦੋਂ ਇੱਡਾ ਕੀਮਤੀ ਡਾਇਮੰਡ ਰੱਖਿਆ ਨਾ ਉਹਨੇ ਰਾਜੇ, ਮਹਾਰਾਜ ਕਹਿੰਦੇ ਅੱਛਾ ਸਾਹਿਬ ਦੇ ਅੱਗੇ ਆਇਆ,
साहब ने इतना बढ़िया मैं देख लिया और इतिहास कर मारा ने इतना बढ़िया और मारिया चल मारिया ऐसा बढ़िया हाथ ते रखिया वेखिया भी नहीं माड़ा जब वेखे ऐ करके वेखा कि ऐ सुन गया और इन सुन पा वो कहता पातशाह तुसी मेरा इतना कीमती नगीना मैं तुम्हें दिता है तुसी ऐ सुट दिता है मारे कहते पत्थर ही सी कोई और चीज लिया ਇਹ ਗੱਲ ਦਾ ਮਤਲਬ ਇਹ ਨਹੀਂ ਹੈ ਕਿ ਗੁਰੂ ਮਹਾਰਾਜ ਚੀਜ਼ਾਂ ਦੀ ਕਦਰ ਨਹੀਂ ਕਰਨੀ ਜਾਣਦੇ ਜਾਂ ਉਹਨਾਂ ਨੂੰ ਸਮਝ ਨਹੀਂ ਹੈ ਕਿ ਚੀਜ਼ਾਂ ਦੀ ਸੰਭਾਲ ਕਿਵੇਂ ਕਰਨੀ ਇਹਦਾ ਮਤਲਬ ਇਹ ਨਹੀਂ ਹੈ ਗੁਰੂ ਤੇਗ ਬਹਾਦਰ ਸਾਹਿਬ ਦਾ ਘੋੜਾ ਵੀ ਬਿਮਾਰ ਪੈ ਜਾਂਦਾ ਤੇ ਉਹ ਚਿੱਠੀ ਹੁਕਮਨਾਮਾ ਲਿਖ ਕੇ ਕਹਿੰਦੇ ਨੇ ਕਿ ਇਹ ਜਾਨਵਰ ਦਾ ਖਿਆਲ ਰੱਖਿਓ ਬੜਾ ਪਿਆਰਾ ਜਿਹਾ ਕਿਉਂਕਿ ਉਹ ਹਰ ਚੀਜ਼ ਨਾਲ ਪਿਆਰ ਕਰਦੇ ਨੇ ਮਹਾਰਾਜ ਇੱਦਾਂ ਨਹੀਂ ਕਹਿੰਦੇ ਪਰ ਉੱਥੇ ਸਤਿਗੁਰੂ ਮਹਾਰਾਜ ਇੱਕ ਐਗਜ਼ਾਮਪਲ ਸੈੱਟ ਕਰਦੇ ਨੇ ਬੰਧਨ ਵਿੱਚ ਨਹੀਂ ਪੈਂਦੇ ਬੜੀ ਤਾਕਤ ਹੈ ਉਹਨਾਂ ਦੇ ਕੋਲ ਇੱਕ ਆਮ ਬੰਦਾ ਜਿਹੜਾ ਕਹਿੰਦਾ ਮੈਂ ਜੀ ਮੂੰਹ ਤੇ ਸੱਚ ਕਹਿਣ ਦੀ ਜ਼ੁਰਤ ਰੱਖਦਾ ਵਾਂ ਔਰ ਉਹ ਜਿਹਦੀ ਗਲਤੀ ਜਾਣਦਾ ਅਗਰ ਉਹ ਬੰਦਾ ਉਹਨੂੰ ਆ ਕੇ ਕਵੇ ਜੀ ਮੈਂ ਤੁਹਾਡੇ ਵਾਸਤੇ 1 ਲੱਖ ਬਾਟ ਦਾ ਇੱਕ ਕੀਮਤੀ ਡਾਇਮੰਡ ਲੈ ਕੇ ਆਇਆ ਕੋਈ ਚੀਜ਼ ਲੈ ਕੇ ਆਇਆ ਵਾਂ ਹੁਣ ਉਹ ਬੰਦੇ ਦੀਆਂ ਗਲਤੀਆਂ ਵੇਖਣ ਤੋਂ ਬਾਅਦ ਵੀ ਰੁਕੇ ਜਾਏਗੇ ਤੂੰ ਜੀ ਬੜੇ ਗੁਰਮੁਖ ਪਿਆਰੇ ਮਤਲਬ ਬੰਧਨ ਪਰੇ ਪੈ ਗਏ ਬੰਧਨ ਕਿ ਨਹੀਂ ਪੈ ਗਏ ਤੁਹਾਡਾ ਕੋਈ ਦੋਸਤ ਮਿੱਤਰ ਕੋਈ ਸੱਜਣ ਆ ਉਹਦੇ ਜ਼ਿੰਦਗੀ ਚ ਔਗਣ ਆ ਵੈਸੇ ਤੁਸੀਂ ਉਹਨੂੰ ਮੂੰਹ ਤੇ ਕਹਿ ਦਿੰਦੇ ਸੀ ਤੇਰੇ ਉਹ ਜੀਵਨ ਚ ਔਗਣ ਆ ਕਿਸੇ ਦਿਨ ਉਹਨੇ ਭੁੱਲ ਭੁਲੇ ਕੇ ਤੁਹਾਨੂੰ 25,000 ਵਾਲੀ ਕੋਈ ਉਹ ਵਧੀਆ ਆਈਟਮ ਦੇ ਜਿਹੜੀ ਪਸੰਦ ਆ ਗਈ ਬੰਦਾ ਉਹਨੂੰ ਮਨ ਨੂੰ ਠੇਸ ਨਹੀਂ ਪਹੁੰਚਾਉਣੀ ਚਾਹੁੰਦਾ ਜੀ ਕਾਤੋਂ ਹੁਣ ਉਹਦਾ ਭਾਰ ਜੋ ਪੈ ਗਿਆ ਸਿਰ ਦੇ ਉੱਤੇ ਬੋਝ ਜੋ ਪੈ ਗਿਆ ਸਿਰ ਦੇ ਉੱਤੇ ਪਲ ਪਲ ਛੁੱਟ ਕਿਉਂ ਤਾਕਤ ਘੱਟ ਸੀ ਉਹ ਛੋਟਾ ਜਿਹਾ ਨਗੀਨਾ ਭਾਰ ਬੜਾ ਪਾਇਆ ਬੰਧਨ ਪਰੇ ਪਸ਼ੂ ਨਾ ਹੋਤ ਉਪਾਏ ਕੁਛ ਉਪਾਏ ਨਹੀਂ ਹੋਇਆ ਮਹਾਰਾਜ ਔਰ ਜਿਹੜਾ ਆਸਾ ਕੀ ਵਾਰ ਦਾ ਸਲੋਕ ਆ ਥੋੜ੍ਹਾ ਜਿਹਾ ਇੱਥੇ ਮਸਲਾ ਥੋੜ੍ਹਾ ਜਿਹਾ ਤਬਦੀਲ ਹੋ ਰਿਹਾ ਇਹ ਟੌਪਿਕ ਜਦੋਂ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਇੱਕ ਦਰਿਆ ਪਾਰ ਕਰਦੇ ਸੀ ਤੇ ਦਰਿਆ ਪਾਰ ਕਰਨ ਲੱਗੇ ਨਾ ਇੱਕ ਬੰਦਾ ਅੱਗੇ ਖਲੋਤਾ 6-7 ਖਲੋਤਾ ਚੱਲ ਮਾਂ ਜਵਾਨ ਖਲੋਤਾ ਮਹਾਰਾਜ ਕਹਿੰਦੇ ਇੱਥੇ ਖਲੋਤਾ ਕੀ ਕਰਦਾ ਮੈਂ ਸਤਿਕਾਰ ਕਰਦੇ ਹੋਰ ਕਿਹਦਾ ਸਤਿਕਾਰ ਕਹਿੰਦਾ ਮੈਂ ਬ੍ਰਾਹਮਣ ਦਾ ਸਤਿਕਾਰ ਕਰਦਾ ਮੈਂ ਖੱਤਰੀ ਹਾਂ ਮਹਾਰਾਜ ਕਹਿੰਦੇ ਜਦੋਂ ਬ੍ਰਾਹਮਣ ਔਰ ਗਾਂ ਇਸ ਦਰਿਆ ਤੋਂ ਲੰਘ ਕੇ ਜਾਂਦੇ ਹਨ ਤਾਂ ਉਹਨੂੰ ਟੈਕਸ ਲਾਉਣਾ ਹੈ ਗਊ ਬ੍ਰਾਹਮਣ ਔਰ ਕਰ ਲਾਓ ਕਰ ਮਤਲਬ ਟੈਕਸ ਕਹਿੰਦਾ ਹਾਂਜੀ ਲਾਉਣਾ ਕਹਿੰਦੇ ਜਦੋਂ ਕੋਈ ਮੁਸਲਮਾਨ ਲੰਘ ਕੇ ਜਾਂਦਾ ਉਦੋਂ ਟੈਕਸ ਲਾਉਣਾ ਹੈ ਕਹਿੰਦਾ ਨਹੀਂ ਕਹਿੰਦਾ ਜਦੋਂ ਕੋਈ ਬ੍ਰਾਹਮਣ ਲੰਘਦਾ ਉਦੋਂ ਟੈਕਸ ਲਾਉਣਾ ਹੈ ਹਾਂਜੀ ਕਿਉਂ ਕਿਉਂ ਨੌਕਰੀ ਚਲੀ ਜਾਈ ਜੇ ਮੈਂ ਲੜਾਂਗਾ ਤੇ ਮੇਰੀ ਨੌਕਰੀ ਚਲੀ ਜਾਈ ਕਿਉਂਕਿ ਮੈਨੂੰ ਤਨਖਾਹ ਕਦੀ ਮਹੀਨੇ ਤੇ ਮਹਾਰਾਜ ਕਹਿੰਦੇ ਤੇਰੇ ਧਰਮ ਦਾ ਨਿਰਾਦਰ ਹੋ ਰਿਹਾ ਤੂੰ ਚੁੱਪ ਬੈਠਾ ਤੂੰ ਇਸ ਕਰਕੇ ਨਹੀਂ ਬੋਲ ਰਿਹਾ ਨਾ ਸਿਰਫ ਇਸ ਕਰਕੇ ਕਿਉਂਕਿ ਤੇਰੇ ਉੱਤੇ ਬੰਧਨ ਪਿਆ ਹੋਇਆ ਹੈ ਕਿ ਤੇਰੇ ਧਰਮ ਦੀ ਨਿਰਾਦਰੀ ਹੋਵੇ ਮਹਾਰਾਜ ਇਹ ਨਹੀਂ ਕਿ ਮਹਾਰਾਜ ਸੱਚੇ ਪਾਤਸ਼ਾਹ ਤੋਂ ਗਾਂ ਨੂੰ ਸਤਿਕਾਰ ਦਿੰਦੇ ਨੇ ਸਹਿਬ ਉਹਦੀ ਅਣਖ ਜਗਾਉਂਦੇ ਨੇ ਆਪਣੀ ਜ਼ਮੀਰ ਦੀ ਸੁਣਨ ਨਹੀਂ ਸਹਿਬ ਕੀ ਕਹਿੰਦੇ ਟੈਕਸ ਉਹਨੂੰ ਲਾ ਰਹੇ ਹਨ ਜਦੋਂ ਕੋਈ ਹੋਰ ਲੰਘਦਾ ਕੋਈ ਅਫਗਾਨੀ ਲੰਘਦਾ ਕੋਈ ਮੁਗਲ ਲੰਘਦਾ ਉਦੋਂ ਟੈਕਸ ਤੋਂ ਕੋਈ ਲੱਗਦਾ ਨਹੀਂ ਕਹਿੰਦਾ ਨਹੀਂ ਜੀ ਉਹ ਸਾਡੇ ਮਾਲਕ ਨੇ ਮਹਾਰਾਜ ਕਹਿੰਦੇ ਸ਼ਰਮ ਨਹੀਂ ਆਉਂਦੀ ਤੁਹਾਨੂੰ ਇਹ ਗੱਲ ਕਹਿਣ ਲੱਗਿਆ ਤੂੰ ਗੁਲਾਮ ਹੋ ਕੇ ਜ਼ਿੰਦਗੀ ਜੀ ਰਿਹਾ ਇਸ ਕਰਕੇ ਨਹੀਂ ਕਿ ਡਰਦਾ ਹੈ ਇਸ ਕਰਕੇ ਨਹੀਂ ਕਿ ਉਹ ਤਾਕਤਵਰ ਨੇ ਇਸ ਕਰਕੇ ਜੇ ਉਹਨਾਂ ਦੇ ਅਗੇਂਸਟ ਬੋਲੇਗਾ ਤੇ ਉਹਨਾਂ ਨੇ ਨੌਕਰੀ ਖੋਲਣੀ ਆ ਫਿਰ ਇਹਨੂੰ ਕੀ ਕਹਿੰਦੇ ਨੇ ਬੰਧਨ ਪਰੇ ਕੀ ਪਰੇ ਬੰਧਨ ਪਰੇ ਹੋਰ ਸਭ ਕੀ ਕਰਦੇ ਹਨ ਇੱਕ ਬੰਦਾ ਮੇਰੇ ਕੋਲ ਆ ਕੇ ਮੈਨੂੰ ਕਹਿੰਦਾ ਕਹਿੰਦੇ ਜੀ ਅਰਦਾਸ ਕਰਾਉਣਾ ਕਰਦੇ ਹਾਂ ਮਹਾਰਾਜ ਚੜ੍ਹਦੀ ਕਲਾ ਤਰਸੀ ਕੀ ਅਰਦਾਸ ਕਰਾਉਣੀ ਕਹਿੰਦੇ ਇਹੀ ਜੀ ਬਸ ਕਾਰੋਬਾਰ ਚੜ੍ਹਦੀ ਕਲਾ ਚੜ੍ਹਾ ਦੇ
ਵਾਹਿਗੁਰੂ ਕਿਰਪਾ ਕਰੇ ਤੇਰਾ ਕਾਰੋਬਾਰ ਚੜ੍ਹਦੀ ਕਲਾ ਚ ਜਾਵੇ। ਮੈਂ ਕਹੀ ਕਰਦੇ ਹਾਂ ਅਰਦਾਸ, ਹੋਰ ਦੱਸੋ ਸੇਵਾ ਹੀ ਸਾਡੀ। ਆਖਾ ਜੀ ਅਰਦਾਸ ਕਰਾਣੀ, ਮੈਂ ਕਿਹਾ ਜੀ ਚਲੋ ਕਰ ਦਿੰਦੇ ਹਾਂ, ਯਾਨੀ ਜੀ ਗੁਰਦੁਆਰਾ ਸਾਹਿਬ ਵੀ ਕਰ ਦਿੰਦੇ ਨੇ ਉੱਥੇ, ਮੈਂ ਕਿਹਾ ਜਿੱਥੇ ਕਹੋਗੇ ਉੱਥੇ ਕਰ ਦਿਆਂਗੇ। ਮੈਂ ਇੱਦਾਂ ਕਰਦੇ ਉੱਥੇ ਚੱਲ ਜਾਂਦੇ ਜੀ, ਕਾਹਦਾ ਕੰਮ ਆਪਣਾ ਕੰਮ ਮੈਨੂੰ ਇਹ ਵੀ ਪਤਾ ਹੈ ਕਿ ਜੇ ਤੇਰਾ ਬੱਚਾ ਬਾਹਰੋਂ ਡਾਲਰ ਕਮਾ ਕੇ ਲੈ ਕੇ ਆ ਰਿਹਾ, ਹਨਾ, ਇੱਥੇ ਇਨਵੈਸਟਮੈਂਟ ਵੀ ਚੰਗੀ ਕਰ ਰਿਹਾ, ਤੇ ਜਿਹੜਾ ਤੇਰੇ ਕੋਲ ਅਰਦਾਸ ਕਰਨ ਆਏਗਾ ਉਹਦੇ ਬੋਝੇ 'ਚ ਵੀ ਕੁਝ ਜ਼ਿਆਦਾ ਮਾਇਆ ਪਾਏਗਾ ਕਿ ਨਹੀਂ ਪਾਏਗਾ, ਉਹ ਬੰਧਨ ਪੈ ਰਹੇ ਕਿ ਮੈਂ ਪੈ ਰਹੇ। ਜਿਹੜਾ ਉੱਥੇ ਜਾ ਕੇ ਅਰਦਾਸ ਕਰੇਗਾ ਉਹ ਕੌਣ ਹੈ? ਉਹ ਕਮਜ਼ੋਰ ਹੈ, ਉਹਦੀ ਤਾਕਤ ਬੜੀ ਕਮਜ਼ੋਰ ਹੈ, ਉਹ ਝੁਕ ਗਿਆ, ਉਹ ਟੁੱਟ ਗਿਆ, ਬਿਖਰ ਗਿਆ, ਉਹ ਸਿਰ ਗਿਆ, ਉਸਰ ਖਿਲਰ ਗਿਆ। ਗੁਰਦੁਆਰਾ ਸਾਹਿਬ 'ਚ ਅਨਾਊਂਸਮੈਂਟ, ਗਿਆਨੀ ਜੀ ਕੋਲ ਬੰਦਾ ਭੱਜਿਆ ਹੀ ਆਉਂਦਾ, ਭੱਜਿਆ ਹੀ ਆਉਂਦਾ, ਗਿਆਨੀ ਜੀ ਅਨਾਊਂਸਮੈਂਟ ਲਾ ਦਿੱਤਾ, ਕਾਹਦੀ ਅਨਾਊਂਸਮੈਂਟ? ਪਿੰਡਾਂ 'ਚ ਸਪੀਕਰ ਲੱਗੇ ਹੁੰਦੇ ਨਾ, ਆਖੇ ਦਰਨ ਦਰਬਾਰ ਹੈ, ਪਿੰਡਾਂ ਸਪੀਕਰ ਪੂਰੇ ਪਿੰਡ 'ਚ ਲਵਾ ਜਾਣ। ਉਹ ਜੀ ਸਰਦਾਰ ਸਲੱਖਣ ਸਿੰਘ ਦੀ ਬੇਟੀ, ਉਹ ਸੁਪਨਾ ਚੰਡੀਗੜ੍ਹ ਪੜ੍ਹਨ ਗਈ ਸੀ, ਉੱਥੋਂ ਪੜ੍ਹ ਕੇ ਆਈ ਹੈ, ਉਹਨੇ ਬਿਊਟੀ ਪਾਰਲਰ ਦਾ ਕੋਰਸ ਕੀਤਾ, ਅਤੇ ਹੁਣ ਉਹਨੇ ਆਪਣੇ ਪਿੰਡ ਦੇ ਵਿੱਚ ਹੀ ਸੁਪਨਾ ਦੁਕਾਨ ਖੋਲ੍ਹੀ ਬਿਊਟੀ ਪਾਰਲਰ, ਤੁਸੀਂ ਅਨਾਊਂਸਮੈਂਟ ਕਰ ਜੇ, ਅਤੇ ਉਹਨੇ ਕਰਦੀ ਕਰਦੀ ਕਰਦੀ। ਇਹ ਕੀ ਹੈ? ਇਹ ਕੀ ਹੈ? ਇਹ ਢਹਿ ਗਿਆ, ਕਮਜ਼ੋਰ ਦੇ ਉਹ ਕਮਜ਼ੋਰ ਦੇ ਰਿਹਾ, ਉੱਟ ਗਿਆ, ਢਹਿ ਗਿਆ, ਢਹਿ ਗਿਆ। ਇਹ ਮੈਂ ਤਾਂ ਸਿਰਫ ਆਪਣੇ ਇਸ ਲਾਈਨ ਦੀ ਉਦਾਹਰਨ ਦੇ ਰਿਹਾ, ਤੁਸੀਂ ਆਪਣੀ ਆਪਣੀ ਜ਼ਿੰਦਗੀ 'ਚ ਆਪ ਟੈਸਟ ਕਰਨਾ, ਜੇ ਦੂਜੇ ਨੂੰ ਨਾ ਟੈਸਟ ਕਰਨ ਲੱਗ ਪਿਓ, ਜੇ ਮੈਂ ਤਾਂ ਆਪਣੀ ਉਦਾਹਰਨ ਤਾਂ ਦੇ ਰਿਹਾ ਕਿ ਮੈਂ ਖੁਦ ਨੂੰ ਸਮਝਾ ਸਕਾਂ, ਤੁਸੀਂ ਆਪਣੀ ਆਪਣੀ ਉਦਾਹਰਨ ਆਪ ਵੇਖਣੀ ਦੇ, ਆਪ ਵੇਖਣੀ ਦੇ ਆਪਣੀ ਆਪਣੀ ਉਦਾਹਰਨ, ਝੱਟ ਬਦਲ ਜਾਂਦੇ ਬਦਲ ਜਾਂਦੇ। ਬਲ ਸੁਖਿਓ ਬੰਧਨ ਪਰੇ ਕਛੂ ਨਾ ਹੋਤ ਉਪਾਏ, ਓ ਨਾਨਕ ਆਹ ਕੋਟ ਹਰ ਕਲ ਜਿਉ ਹੋ ਸਹਾਏ। ਫੇਰ ਮਹਾਰਾਜ ਨੇ ਕੀ ਕੀਤਾ? ਬਲ ਹੋਆ ਬੰਧਨ ਛੁੱਟੇ, ਜਿਹੜੇ ਜ਼ਿੰਦਗੀ ਦੇ ਅੰਦਰ ਤਾਕਤ ਆ ਜਾਂਦੀ ਉਹਦੇ ਬੰਧਨ ਸਾਰੇ ਟੁੱਟ ਜਾਂਦੇ ਆ। ਤੇ ਮਹਾਰਾਜ ਕੀ ਬਣਾਉਂਦੇ ਨੇ? ਮਹਾਰਾਜ ਸੱਚੇ ਪਾਤਸ਼ਾਹ ਤਾਕਤ ਬਖਸ਼ਦੇ ਨੇ, ਅੰਦਰ ਦੀ ਤਾਕਤ, ਸਰੀਰ ਦੀ ਤਾਕਤ ਥੋੜ੍ਹਾ ਇਕੱਲੀ, ਇਹਦੇ ਬੰਦੇ ਦੀ ਅੰਦਰ ਦੀ ਤਾਕਤ ਹੈ। ਕਹਿੰਦਾ ਮੈਂ ਡੋਲ ਲੈਣ ਵਾਲਾ ਨਹੀਂ, ਮਹਾਰਾਜ ਸੱਚੇ ਪਾਤਸ਼ਾਹ ਤੇਰੇ ਤੇ ਭਰੋਸਾ ਹੈ, ਛੱਡਣ ਨਹੀਂ ਲੱਗਾ, ਨਹੀਂ ਲੱਗਾ, ਪਰਤਣ ਨਹੀਂ ਲੱਗਾ ਪਿੱਛੇ, ਕਾਹਤੋਂ ਨਹੀਂ ਪਰਤਣ ਲੱਗਿਆ? ਕਿਉਂਕਿ ਉਹਦੇ ਆਲੇ ਦੁਆਲੇ ਵੀ ਸੂਰਮੇ ਨੇ, ਸੂਰਮੇ ਪਾਣੀ 'ਚ ਪਤਾ ਨਾ ਸੂਰਮੇ ਕਿਸਾਨ ਨੂੰ ਆਖਿਆ, ਸੂਰਮੇ ਹਰ ਉਸ ਇਨਸਾਨ ਨੂੰ ਸੂਰਮਾ ਆਖਿਆ, ਜਾ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ ਸੋ ਕਰੀਅਤ ਹੈ, ਸੂਰਾ ਆਤਮ ਜਿਣੈ ਆਤਮ ਜਿਣੈ ਜਿਣੈ, ਜਿੱਤ ਲਿਆ ਜਿਹਨੇ ਆਪਣੇ ਆਪ ਨੂੰ ਜਿੱਤਿਆ ਹੋਇਆ, ਸਗਲ ਵਸ ਤਾਕ ਹੈ ਜਿਹਦਾ ਸਰੀਰ ਆਪਣੇ ਵਸ ਵਿੱਚ ਹੈ, ਉਹੀ ਸੂਰਮਾ ਹੈ, ਆਤਮ ਜਿਹੜਾ ਸਗਲ ਵਸ ਤਾਕ ਹੈ ਜਾਤਾ ਸਤਗੁਰ ਪੂਰਾ, ਜਿਹਦਾ ਆਪਣਾ ਆਪਾਂ ਆਪਣੇ ਕੰਟਰੋਲ ਵਿੱਚ ਹੈ ਉਹ ਅਸਲ ਸੂਰਮਾ ਹੈ। ਜੇ ਸੂਰਮਾ ਵੇਖਣਾ ਹੈ ਤੇ ਧੰਨ ਸਤਗੁਰ ਗੁਰੂ ਨਾਨਕ ਮਹਾਰਾਜ ਸੱਚਾ ਪਾਤਸ਼ਾਹ, ਉਹਨਾਂ ਜਿਹੜਾ ਵੱਡਾ ਸੂਰਮਾ ਕੋਈ ਅਗਰ ਸੰਸਾਰ, ਅਸਲ ਛੇਜ ਪੈ ਰਹੀ ਹੈ, ਅਸੀਂ ਥਾਂ ਥਾਂ ਤੇ ਸਾਨੂੰ ਦਾਓ ਸਿੱਖਣੇ ਪੈਣਗੇ ਕਿ ਜਿੱਤਣਾ ਕਿਵੇਂ ਆ, ਅਸੀਂ ਅੰਦਰ ਦੀ ਤਾਕਤ ਆਪਣੇ ਉੱਤੇ ਕੰਟਰੋਲ ਰੱਖਦੇ, ਖੁਦ ਉੱਤੇ ਕੰਟਰੋਲ ਹੈ, ਪੂਰੀ ਸ਼ਕਤੀ ਹੈ ਸਾਡੇ ਅੰਦਰ, ਇਹ ਤਾਕਤ ਕਿੱਥੋਂ ਆਏਗੀ ਜੀ? ਅੱਜ ਹੀ ਕਿਸੇ ਗੱਲ ਹੋ ਰਹੀ ਸੀ, ਇਹ ਤਾਕਤ ਕਿੱਥੋਂ ਆਏਗੀ? ਕਹਿੰਦੇ ਜੀ ਸਰੀਰ ਦੀ ਤਾਕਤ ਕਿੱਦਾਂ ਆਈ? ਐਕਸਰਸਾਈਜ਼ ਕਰਨ ਨਾਲ। ਮਨ ਦੀ ਤਾਕਤ ਕਿੱਥੋਂ ਆਏਗੀ? ਉਹ ਵੀ ਐਕਸਰਸਾਈਜ਼ ਕਰਨੀ ਪੈਣੀ। ਸਰੀਰ ਦੀ ਤਾਕਤ ਵਾਸਤੇ ਕੋਈ ਬੰਦੇ ਨੂੰ ਮੈਂ ਪੁੱਛਿਆ ਜੀ ਮੈਨੂੰ ਨਾ ਤੁਸੀਂ ਐਕਸਰਸਾਈਜ਼ ਦੱਸੋ, ਉਹ ਜੀ ਐਕਸਰਸਾਈਜ਼ ਤੁਹਾਨੂੰ ਦੱਸ ਦੇਵੇ, ਕਹਿੰਦਾ ਗਿਆਨੀ ਜੀ ਵਿਹਾਰ ਜੋ ਫਾਈਵ ਸੈਟਸ ਆਫ ਪੁਸ਼ਅਪਸ। ਮੈਂ ਮੇਰੇ ਕੋਲ ਨੌਲੇਜ ਹੈ, ਨੌਲੇਜ ਹੈ, ਠੀਕ ਹੈ, ਹੋਰ ਵਟ ਐਲਸ ਆਈ ਹੈਵ ਟੂ ਡੂ? ਕਹਿੰਦਾ ਜੀ ਗੋ ਫੋਰ ਰਨਿੰਗ ਐਂਡ ਮਾਰਨਿੰਗ, ਸਵੇਰੇ ਸਵੇਰੇ ਉੱਠਿਆ ਕਰੋ, ਰਨਿੰਗ ਨੂੰ ਜਾਇਆ ਕਰੋ, ਮੈਨੂੰ ਸਭ ਪਤਾ। ਕਹਿੰਦਾ ਇਫ ਯੂ ਕੈਨ ਡੂ ਸਵਿਮਿੰਗ ਦੈਟਸ ਦੈਟਸ ਦ ਬੈਸਟ ਥਿੰਗ, ਜੇ ਤੁਸੀਂ ਸਵਿਮਿੰਗ ਕਰ ਸਕਦੇ ਹੋ ਸਭ ਤੋਂ ਵਧੀਆ ਚੀਜ਼, ਤੁਹਾਡਾ ਸਾਰਾ ਸਰੀਰ ਫਿਟ ਹੋ ਜਾਵੇ। ਮੈਨੂੰ ਸਾਰਾ ਪਤਾ ਵੀ ਗਿਆਨ ਕੀ ਹੈ, ਗਿਆਨ ਮਨ 'ਚ ਦਿਮਾਗ 'ਚ ਸਟੋਰ ਹੋ ਗਿਆ, ਅਤੇ ਹੁਣ ਜਦੋਂ ਕਰਨ ਦੀ ਵਾਰੀ ਆਈ ਤਾਂ ਕੀਤਾ ਕੱਖ ਵੀ ਨਾ। ਸਾਨੂੰ ਸਭ ਪਤਾ, ਤੁਹਾਨੂੰ ਸਭ ਨੂੰ ਪਤਾ ਹੈ ਕਿ ਮਨ ਕਿਵੇਂ ਤਾਕਤਵਰ ਹੁੰਦਾ, ਤੁਹਾਨੂੰ ਸਾਰਿਆਂ ਨੂੰ ਹੀ ਪਤਾ ਹੈ।
ਮੈਨੂੰ ਵੀ ਪਤਾ ਤੁਹਾਨੂੰ ਵੀ ਪਤਾ ਪਰ ਨੌਲੇਜ ਹੋਣ ਦੇ ਬਾਵਜੂਦ ਅਸੀਂ ਉਹਨੂੰ ਦਿਮਾਗ 'ਚ ਸਟੋਰ ਕੀਤਾ ਹੋਇਆ ਜਦੋਂ ਗੱਲ ਮੰਨਣ ਦੀ ਆਉਂਦੀ ਹੈ ਉੱਥੇ ਅਸੀਂ ਮੰਨ ਕੇ ਵੀ ਰਾਜੀ ਅਭਿਆਸ ਕਰੀਏ ਅਭਿਆਸ ਕਰੀਏ ਕਿੱਦਾਂ ਤਾਕਤਵਰ ਹੋਣਾ ਜੀ ਮੰਨਿਆ ਜਿਹੜਾ ਤੁਹਾਡਾ ਕੋਈ ਰਿਸ਼ਤੇਦਾਰ ਸਾਥੀ ਕੋਈ ਆਲੇ ਦੁਆਲੇ ਵਸਣ ਵਾਲਾ ਤੁਹਾਨੂੰ ਨਹੀਂ ਵੀ ਬੁਲਾਉਂਦਾ ਪਰ ਉਹ ਦੁਖੀ ਹੈ ਤਾਕਤਵਰ ਇਨਸਾਨ ਦੀ ਨਿਸ਼ਾਨੀ ਨੂੰ ਝੁਕ ਕੇ ਉਹਦੇ ਕੋਲ ਜਾਏਗਾ ਝੁਕਾ ਝੁਕਣਾ ਸਿੱਖਣਾ ਸਿੱਖ ਬਹਿ ਲੱਗ ਕੇ ਬਹਿ ਲੱਗ ਇਹ ਤਾਕਤਵਰ ਇਨਸਾਨ ਦੀ ਨਿਸ਼ਾਨੀ ਹੈ ਜਿਹੜਾ ਭਰਿਆ ਹੋਇਆ ਰੁੱਖ ਹੈ ਉਹ ਝੁਕੇਗਾ ਜਿਹਦੇ ਕੋਲ ਤਾਕਤ ਹੈ ਉਹ ਬੋਲਦਾ ਨਹੀਂ ਹੋਊਗਾ ਉੱਥੇ ਕਿਸੇ ਚੀਜ਼ ਦਾ ਅਸਰ ਨਹੀਂ ਹੋ ਸਕਦਾ ਜਿਹੜਾ ਅੰਦਰੋਂ ਤਾਕਤਵਰ ਹੈ ਉਹਨੂੰ ਤਖ਼ਤ ਉੱਤੇ ਬਿਠਾ ਦਿੱਤਾ ਉਹਨੂੰ ਤਖ਼ਤ ਦਾ ਕੋਈ ਅਸਰ ਨਹੀਂ ਹੈ ਕੋਈ ਅਸਰ ਨਹੀਂ ਹੈ ਉਹਨੂੰ ਰਾਜਾ ਬਣਾ ਦਿੱਤਾ ਕੋਈ ਅਸਰ ਨਹੀਂ ਹੈ ਉਸਨੂੰ ਤੁਸੀਂ ਦੁਨੀਆਂ ਦਾ ਰਾਜਾ ਬਣਾ ਦਿੱਤਾ ਉਹਦੇ ਦਿਮਾਗ 'ਤੇ ਇਹ ਅਸਰ ਨਹੀਂ ਹੈ ਕਿ ਮੈਂ ਹੁਣ ਰਾਜਾ ਬਣ ਗਿਆ ਹੁਣ ਸਾਰੀ ਦੁਨੀਆਂ ਮੇਰੇ ਹੁਕਮ 'ਚ ਚੱਲੇ ਕਿ ਮੈਂ ਜੋ ਚਾਹਾਂ ਕਰ ਸਕਦਾ ਇੱਕ ਕਮਜ਼ੋਰ ਬੰਦੇ ਦੀ ਨਿਸ਼ਾਨੀ ਹੈ ਤਾਕਤਵਰ ਦੀ ਨਿਸ਼ਾਨੀ ਕੀ ਹੈ ਭਾਵੇਂ ਘਰ ਦੇ ਵਿੱਚ ਸੋਨੇ ਦੇ ਢੇਰ ਲੱਗ ਜਾਣ ਪਰ ਜਦੋਂ ਉਹ ਮਿਲੇ ਵਰਤੇ ਉਹਦਾ ਅੰਦਰ ਇੰਨਾ ਨਿਰਮਾਣ ਦਾ ਚਾਹ ਉਸੇ ਤਰ੍ਹਾਂ ਜਿਸ ਤਰ੍ਹਾਂ ਪਹਿਲਾਂ ਸੀ ਉਸੇ ਤਰ੍ਹਾਂ ਬਾਅਦ ਇਹਨੂੰ ਕਹਿੰਦੇ ਨੇ ਤਾਕਤਵਰ ਇਨਸਾਨ ਅਤੇ ਜਿਹੜਾ ਬੰਦਾ ਕਮਜ਼ੋਰ ਹੈ ਉਹਦੇ ਕੋਲ ਥੋੜ੍ਹੀ ਜਿਹੀ ਤਾਕਤ ਆਉਂਦੀ ਹੈ ਬਾਹਰ ਦੀ ਤਾਕਤ ਆਈ ਅੰਦਰੋਂ ਕਮਜ਼ੋਰ ਸੀ ਨਾਲ ਹੀ ਪਟਾਕਾ ਪੈ ਜਾਂਦਾ ਉਹਦਾ ਇਹਦਾ ਕਹਿੰਦਾ ਨਾ ਬੰਦੇ ਕੋਲ ਤਾਕਤ ਆਈ ਮਾਸਾ ਦੇ ਉਹਦਾ ਦਿਮਾਗ ਸਿਰੇ ਚੜ੍ਹਨ ਲੱਗ ਪਿਆ ਪਰ ਬੰਦੇ ਨੂੰ ਬੰਦਾ ਹੀ ਨਹੀਂ ਜਾਣਦਾ ਸਮਝਦਾ ਨਹੀਂ ਕੁਛ ਉਹ ਕਹਿੰਦਾ ਸਾਰੇ ਕੀੜੇ ਮਰੋਦੇ ਨੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕੀ ਸਮਝਾਉਂਦੇ ਸਾਹਿਬ ਕਹਿੰਦੇ ਨੇ ਤੂੰ ਦੁਨੀਆਂ ਦਾ ਬਾਦਸ਼ਾਹ ਬਣ ਜਾ ਸਮੁੰਦ ਸ਼ਾਹ ਸੁਲਤਾਨ ਬਣ ਜਾ ਜੋ ਮਰਜ਼ੀ ਬਣ ਜਾ ਜੋ ਮਰਜ਼ੀ ਤੇਰੇ ਕੋਲ ਆ ਜਾਵੇ ਪਰ ਜ਼ਿੰਦਗੀ ਤੇਰੀ ਉਦਾਂ ਦੀ ਹੋਵੇ ਤੇਰਾ ਅੰਦਰ ਉਸੇ ਤਰ੍ਹਾਂ ਦਾ ਹੀ ਹੋਵੇ ਬਿਲਕੁਲ ਉਸੇ ਤਰ੍ਹਾਂ ਦਾ ਹੀ ਹੋਵੇ ਜਿਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਚਾਹੁੰਦੇ ਨੇ ਬਾਹਰ ਦੀ ਕਿਸੇ ਚੀਜ਼ ਦਾ ਅਸਰ ਨਾ ਹੋਣਾ ਇਹਨੂੰ ਕਹਿੰਦੇ ਤਾਕਤਵਰ ਇਨਸਾਨ ਮੰਨ ਲਓ ਮੇਰੇ ਜੀਵਨ 'ਚ ਕੋਈ ਦੋ ਚਾਰ ਜਣੇ ਮੈਨੂੰ ਆ ਕੇ ਨਹੀਂ ਤੁਸੀਂ ਕਥਾ 'ਚ ਇਹ ਗੱਲ ਬਹੁਤ ਵਧੀਆ ਕਹੀ ਬਹੁਤ ਵਧੀਆ ਕਹੀ ਹੁਣ ਮੈਂ ਆਪਣੇ ਪਿੰਡ ਜਾ ਕੇ ਕਹੀ ਜਾਵਾਂ ਕਿ ਮੇਰੇ ਗੁਰਦੁਆਰਾ ਸਾਹਿਬ ਦਾ ਜਿਹੜਾ ਸਾਡੇ ਪਿੰਡ ਦਾ ਵਿਗਿਆਨੀ ਜੀ ਹੈ ਉਹਦੀ ਨੌਲੇਜ ਮੇਰੇ ਨਾਲੋਂ ਘੱਟ ਹੈ ਮੈਂ ਨਹੀਂ ਇਹਦੇ ਲਾਗੇ ਪੈਂਦਾ ਇਹ ਕੀ ਹੈ ਮੇਰੀ ਕਮਜ਼ੋਰੀ ਹੈ ਤਾਕਤ ਨਹੀਂ ਹੈ ਜਿਹੜਾ ਬੰਦਾ ਗਲਤ ਰਾਹ ਉੱਤੇ ਜਾ ਰਿਹਾ ਮੈਂ ਉਹਨੂੰ ਕਹਾਂ ਯਾਰ ਇਹ ਤਾਂ ਪਾਪੀ ਮੈਂ ਤਾਂ ਲਾਗੇ ਨਹੀਂ ਬਹਿਣਾ ਇਹ ਮੈਂ ਕਮਜ਼ੋਰ ਹਾਂ ਮੈਂ ਤਾਂ ਕਹਿ ਰਿਹਾ ਤਾਕਤਵਰ ਇਨਸਾਨ ਦੇ ਨਿਸ਼ਾਨੀ ਨੂੰ ਡਰਦਾ ਨਹੀਂ ਜਿੱਥੇ ਵੀ ਚੱਲ ਜਾਂਦਾ ਡਰਦਾ ਤਾਂ ਜਸਟ ਐਨ ਐਗਜ਼ਾਮਪਲ ਜਿਵੇਂ ਨਾ ਮਹਾਰਾਜਾ ਰਣਜੀਤ ਸਿੰਘ ਭਾਵੇਂ ਉਹਦਾ ਜੀਵਨ ਜਿਹੜਾ ਉਹ ਸਾਰਾ ਅਸੀਂ ਐਕਸੈਪਟ ਨਹੀਂ ਕਰਦੇ ਪਰ ਇੱਕ ਦਿਨ ਕਹਿੰਦੇ ਰਾਤ ਨੂੰ ਉਹ ਪੁਰਾਣੀ ਜੀ ਗੋਲੀ ਦੀ ਬੁੱਕਲ ਮਾਰ ਕੇ ਬੁੱਕਲ ਸਮਝਦੇ ਚੱਲ ਜਿਵੇਂ ਬੁੱਕਲ ਮਾਰ ਲੈਂਦੇ ਅਸੀਂ ਕਹਿੰਦੇ ਉੱਪਰ ਦੀ ਬੁੱਕਲ ਮਾਰੀ ਅਤੇ ਆਪਣੇ ਮਹਿਲ ਚੋਂ ਬਾਹਰ ਨਿਕਲਿਆ ਮਹਾਰਾਜਾ ਰਣਜੀਤ ਸਿੰਘ ਅਤੇ ਸਿਰ 'ਤੇ ਤਾਜ ਵਾਲੀ ਪਾਦਰੀ ਕਲਗੀ ਵਾਲੀ ਨਹੀਂ ਸਾਦੇ ਦੇ ਕੱਪੜੇ ਪਾ ਕੇ ਬਾਹਰ ਨਿਕਲਦਾ ਵੇਖਣ ਨਿਕਲਦਾ ਕਿ ਮੇਰੇ ਰਾਜ ਵਿੱਚ ਕੀ ਹੋ ਰਿਹਾ ਸ਼ਹਿਰ 'ਚ ਨਿਕਲ ਜਾਂਦਾ ਕਿਸੇ ਗਲੀ ਦੇ ਕੋਨੇ 'ਚ ਇੱਕ ਵੇਖਦਾ ਇੱਕ ਮਾਈ ਬੈਠੀ ਹੈ ਇੱਕ ਮਾਈ ਬੈਠੀ ਹੈ ਉਹ ਮਾਈ ਪਤਾ ਕੀ ਕਰਦਾ ਮਾਈ ਕੋਲ ਐਡੀ ਭੰਡ ਬਚੀ ਵੀ ਕੋਈ ਚੀਜ਼ ਉਹਦੇ ਵਿੱਚ ਉਹ ਮਾਈ ਨੂੰ ਪਤਾ ਬੇਬੇ ਇੱਥੇ ਕਿਉਂ ਬੈਠੀ ਹੈ ਉਹ ਕਹਿੰਦੀ ਹੈ ਆ ਮੈਂ ਗਈ ਸਾਂ ਕਾਣੇ ਕੋਲ ਕੀ ਕਹਿੰਦੀ ਆ ਮੈਂ ਗਈ ਸਾਂ ਇਹਦੇ ਕੋਲ ਕਾਣਾ ਕੀ ਹੁੰਦਾ ਜਿਹਦੀ ਇੱਕ ਅੱਖ ਖਰਾਬ ਹੈ ਕਹਿੰਦੀ ਮੈਂ ਗਈ ਸਾਂ ਕਾਣੇ ਕੋਲ ਉਹਨਾਂ ਨੇ ਪੰਡ ਬੰਨ ਦਿੱਤੀ ਮੇਰੇ ਕੋਲ ਚੁੱਕੀ ਨਹੀਂ ਜਾਂਦੀ ਗੱਲ ਸਮਝੇ ਗੱਲ ਸਮਝੇ ਕਾਣਾ ਕੌਣ ਮਹਾਰਾਜਾ ਰਣਜੀਤ ਸਿੰਘ ਜਿਹਨੂੰ ਕਹਿ ਰਹੀ ਹੈ ਉਹ ਸਾਹਮਣੇ ਖੁਸ਼ ਕਰ ਜਿਹਨੂੰ ਕਹਿ ਰਹੀ ਹੈ ਉਹ ਸਾਹਮਣੇ ਖੁਸ਼ ਕਰ ਹਾਲਾਂਕਿ ਉਹਦੇ ਜੀਵਨ ਨੂੰ ਅਸੀਂ ਪੂਰਾ ਐਕਸੈਪਟ ਨਹੀਂ ਕਰਦੇ ਉਹ ਨਸ਼ਾ ਕਰਦਾ ਉਹਦੇ ਵਿਆਹ ਇੰਨੇ ਨੇ ਉਹ ਚੀਜ਼ਾਂ ਅਲੱਗ ਮੈਟਰ ਕੁਆਲਿਟੀ ਤੇ ਦੇਖੋ ਨਾ ਤੁਸੀਂ ਐਗਜ਼ਾਮਪਲ ਤੇ ਦੇਣੀ ਪੈ ਗਈ ਉਹ ਕਹਿੰਦੀ ਆ ਮੈਂ ਕਾਣੇ ਕੋਲ ਗਈ ਸੀ ਉਹਨੇ ਪੰਡ ਬੰਨ ਦਿੱਤੀ ਮੇਰੇ ਕੋਲ ਚੁੱਕੀ ਨਹੀਂ ਜਾਂਦੀ ਮਤਲਬ ਉਹ ਰਣਜੀਤ ਸਿੰਘ ਦੇ ਤੋਸ਼ੇ ਖਾਨੇ ਦੇ ਸਾਹਮਣੇ ਜਾ ਕੇ ਕਹਿੰਦੀ ਹੈ ਮੇਰੇ ਘਰ 'ਚ ਆਟਾ ਨਹੀਂ ਹੈਗਾ ਮੈਨੂੰ ਅਨਾਜ ਦਿਓ ਉਹਨੂੰ ਤੋਸ਼ੇ ਖਾਨੇ 'ਚ ਮਤਲਬ ਗੋਡਾਊਨ 'ਚੋਂ ਉਹਨੂੰ ਅਨਾਜ ਮਿਲ ਗਿਆ ਚੁੱਕ ਕੇ ਲੈ ਕੇ ਆ ਰਹੀ ਹੈ ਰਾਹ 'ਚ ਥੱਕ ਗਈ ਬਹਿ ਗਈ ਉੱਥੇ ਚੁੱਕ ਬੈਠੀ ਹੁਣ ਤੋਂ ਵੇਟ ਕਰਦੀ ਵੀ ਰਾਤ ਹੋ ਗਈ ਹਨੇਰਾ ਹੁਣ ਕੋਈ ਹੈ ਨਹੀਂ ਉਹ ਕਹਿੰਦੀ ਕਾਣੇ ਨੇ ਪੰਡ ਬੰਨ ਦਿੱਤੀ ਹੁਣ ਮੈਂ ਲੈ ਕੇ ਕਿਵੇਂ ਜਾਵਾਂ ਕਾਕਾ ਇਹਨੂੰ ਕਹਿ ਭਲੇ ਨਹੀਂ ਕਹਿੰਦਾ ਬੇਬੇ ਫੇਰ ਵੀ ਹੈ ਪਤਾ ਕੀ ਕਹਿੰਦਾ ਤੁਸੀਂ ਕਹਿੰਦਾ ਬੇਬੇ ਫੇਰ ਵੀ ਆ ਮੈਨੂੰ ਚੁਕਾ ਮੈਂ ਛੱਡ ਦਿੰਦਾ ਕਿੱਥੇ ਘਰ ਦੇ ਕਹਿੰਦਾ ਮੈਨੂੰ ਚੁਕਾ ਮੈਂ ਛੱਡ ਦਿੰਦਾ ਵਾ ਕਿੱਥੇ ਘਰ ਤੇਰਾ ਉਹ ਕਹਿੰਦੀ ਪੁੱਤਰਾ ਸ਼ਾਬਾਸ਼ ਕਹਿੰਦੀ ਕੌਣ ਹੈ ਕਹਿੰਦਾ ਪਹਿਲਾਂ ਪੰਡ ਤੇ ਛੱਡਾਂ ਵਾ ਬਾਅਦ ਦੱਸਦਾ ਤੈਨੂੰ ਮੈਂ ਕੌਣ ਹਾਂ
ਤੇ ਜੇ ਹੁੰਦਾ ਨਾ ਕੋਈ ਆਮ ਮਾੜਾ ਮੋਟਾ ਜਿਹਾ ਅਫਸਰ, ਉਹ ਮਾੜੀ ਜਿਹੀ ਜਿਹਨੂੰ ਪੁਲਿਸ ਦੀ ਪੀਤੀ ਲੱਗੀ ਨਾ, ਮਾੜੀ ਮੁੜਕੇ ਤੇ ਵੇਖੇ ਆਪਣਾ ਹਾਲ ਕੀ ਆਪਣੇ ਮੁਲਕ ਦਾ, ਇੱਥੋਂ ਵਾਲੇ ਤਾਂ ਚੰਗੇ ਨਿਕਲ ਗਏ, ਅੱਗੋਂ ਹੱਥ ਜੋੜੋ ਤੇ ਦੂਰੋਂ ਹੀ ਸਤਿ ਸ਼੍ਰੀ ਅਕਾਲ ਫੜਾਉਂਦੇ ਨੇ, ਮਾੜਾ ਜਿਹਾ ਕੌਲ ਕਰਕੇ ਚੁੱਕ ਜਾਂਦੇ, ਉਹ ਸਾਡੇ ਵਾਲੇ ਨੂੰ ਮਾੜਾ ਜਿਹਾ ਵੇਖੋ ਮਾੜੀ ਜਿਹੀ ਪੀਤੀ ਲੱਗ ਜੇ ਸਹੀ ਹੁੰਦੇ, ਉਹ ਮਾਰਦੇ ਚੱਕ। ਉਹ ਕਹਿੰਦਾ ਬੇਬੇ ਚਕਾਂ ਭੰਡ ਸਿਰ ਤੇ ਚੁੱਕ ਕੇ ਉਹਦੇ ਘਰ ਛੱਡ ਕੇ ਆਉਂਦਾ, ਮੁੜ ਕੇ ਪੁੱਛਦੀ ਕਾਕਾ ਕੌਣ ਹੈ, ਕਹਿੰਦਾ ਬੇਬੇ ਮੈਂ ਉਹੀ ਖਾਣਾ ਜਦੋਂ ਤੂੰ ਭੰਡ ਲੈ ਕੇ ਆਈ ਸੀ। ਹੁਣ ਇਹਨੂੰ ਕਹਿੰਦੇ ਨੇ ਤਾਕਤਵਰ, ਅੰਦਰੋਂ ਹਿੱਲਿਆ ਨਹੀਂ ਹੋਣ। ਮਹਾਰਾਜਾ ਰਣਜੀਤ ਸਿੰਘ ਨੂੰ ਇਤਿਹਾਸ ਕਹਿੰਦਾ ਹੈ ਪੰਜਾਬ ਦੀ ਧਰਤੀ ਤੋਂ ਤਾਂ ਸਿੱਕਾ ਬੋਲਦਾ ਹੈ। ਨਿਆਣੇ ਖੇਡਦੇ ਪਏ ਸੀ ਕਿਤੇ, ਉਹ ਗੱਲ ਘਟਨਾ ਵੀ ਸੁਣੀ ਮੇਰੇ ਵਿੱਚ ਚਿੱਤ ਜਾਗੀ, ਤਾਕਤਵਰ ਇਨਸਾਨ ਦੀ ਕੀ ਨਿਸ਼ਾਨੀ। ਮੈਂ ਫਿਰ ਕਹਿ ਰਿਹਾ ਕੋਈ ਬੰਦਾ ਤੁਹਾਡੇ ਸੁਣ ਕੇ ਕਹਿੰਦੇ ਜੀ ਰਣਜੀਤ ਸਿੰਘ ਦੇ ਇੰਨੇ ਵਿਆਹੋਏ ਸੀ, ਮੈਂ ਫਿਰ ਕਹਿ ਰਿਹਾ ਇੱਕ ਇਨਸਾਨ ਦੀ ਜ਼ਿੰਦਗੀ 'ਚ ਔਗਣ ਹੋ ਸਕਦੇ ਨੇ, ਪਰ ਕੁਆਲਿਟੀ ਦੀ ਮੈਂ ਉਦਾਹਰਨ ਦੇ ਰਿਹਾ, ਇੱਕ ਆਮ ਬੰਦੇ ਦੀ ਜ਼ਿੰਦਗੀ ਜਿਹੜਾ ਸਿੱਖਾਂ ਤੋਂ ਬਹੁਤ ਉੱਤੇ ਹੈ, ਉਹ ਤੇ ਆਰੇ ਥੱਲੇ ਬੈਠਾ ਕਹਿਣਾ ਮੇਰਾ ਗੁਰੂ ਮਹਾਨ ਹੈ। ਉਹ ਲੰਘਿਆ ਜਾ ਰਿਹਾ ਸੀ, ਤੁਰਿਆ ਜਾ ਰਿਹਾ ਸੀ ਤੇ ਸਿਰ ਦੇ ਉੱਤੇ ਵੱਟਾ ਵੱਜਿਆ, ਵੱਟਾ ਪੱਥਰ ਵੱਜਿਆ ਸਿਰ ਤੇ ਆ ਕੇ, ਸਿਪਾਹੀਆਂ ਨੇ ਚਾਰ ਨਿਆਣੇ ਫੜ ਕੇ ਲੈ ਕੇ ਆਉਂਦੇ, ਕਹਿੰਦੇ ਮਹਾਰਾਜਾ ਰਣਜੀਤ ਸਿੰਘ ਇਹਨਾਂ ਤੁਹਾਡੇ ਵੱਟਾ ਮਾਰਿਆ, ਇਹਨਾਂ ਨੂੰ ਸਜ਼ਾ ਦਿਓ। ਉਹ ਕਹਿੰਦਾ ਜੀ ਕਿਉਂ ਵੱਟਾ ਮਾਰਿਆ ਤੁਸੀਂ? ਦਾਬਾ ਮਾਰਿਆ ਕਿ ਇੱਕ ਨਿਆਣਾ ਡਰਦਾ ਡਰਦਾ ਜਿਹਾ ਬੋਲਿਆ, ਕਹਿੰਦਾ ਜੀ ਅਸੀਂ ਬੇਰੀ ਤੋਂ ਬੇਲ ਤੋੜਦੇ ਪਏ ਸੀ। ਬੇਰੀ ਤੋਂ ਕਿਵੇਂ ਬੇਲ ਤੋੜਦੇ ਨੇ? ਵੱਟੇ ਮਾਰ ਮਾਰ ਵੱਟੇ ਮਾਰਦੇ ਹੁੰਦੇ। ਉਹ ਕਹਿੰਦੇ ਮਹਾਰਾਜਾ ਬੇਲੋ ਤੇਰੀ ਜੀ ਅੱਗ ਚ ਵੱਜ ਜਾਂਦਾ, ਤੇਰੀ ਦੇਖ ਅੱਗੇ ਅੱਗ ਨਹੀਂ ਹੈਗੀ, ਤੇਰਾ ਤੇ ਹੋਰ ਨੁਕਸਾਨ ਕਰਦੇ ਸਨ, ਤੇ ਕਰਨਾ ਹੀ ਕਰਦੇ ਨਹੀਂ ਕਰਦੇ। ਫਿਰ ਉਹ ਕਹਿੰਦਾ ਉਹ ਗੱਲ ਸੁਣੋ ਵਜ਼ੀਰ, ਇਹ ਕੰਡਿਆਂ ਵਾਲੀ ਬੇਰੀ ਨੂੰ ਵੱਟੇ ਮਾਰੇ ਤੇ ਇਹਨਾਂ ਨੂੰ ਮਿੱਠੇ ਮੇਰ ਮਿਲਣ, ਪੰਜਾਬ ਦਾ ਬਾਦਸ਼ਾਹ ਹੋਵਾਂ ਮੈਂ, ਮੈਨੂੰ ਗੁਰੂ ਨਾਨਕ ਨੇ ਬਾਦਸ਼ਾਹ ਹੀ ਬਖਸ਼ਿਸ਼ ਕੀਤੀ, ਮੇਰੇ ਸਿਰ ਤੇ ਪੱਥਰ ਵੱਜੇ ਤੇ ਮੈਂ ਇਹਨਾਂ ਨੂੰ ਸਜ਼ਾ ਦੇਵਾਂ, ਇਹਨਾਂ ਨੂੰ ਸੋਨਾ ਤੋਲ ਤੋਲ ਕੇ ਦਿਓ, ਆਪਣੇ ਘਰ 'ਚ ਜਾਣ ਤੇ ਦੱਸਣ ਕਿ ਗੁਰੂ ਨਾਨਕ ਦੇ ਸਿੱਖ ਦੀ ਪੱਗ ਨੂੰ ਵੱਟਾ ਮਾਰਿਆ, ਇਹਨਾਂ ਨੂੰ ਸੋਨਾ ਦਿੱਤਾ। ਇਹਨੂੰ ਕਹਿੰਦੇ ਤਾਕਤ, ਇਹਨੂੰ ਕੀ ਕਹਿੰਦੇ? ਕਾਹਦੀ ਤਾਕਤ? ਬਲ ਅੰਦਰ ਹੋਵੇ ਨਾ, ਉਹਨੂੰ ਬਾਹਰ ਦੀ ਕੁਰਸੀ ਨੀ ਸਿਰ ਤੇ ਚੜ ਜਾਂਦੀ, ਕੋਈ ਚੀਜ਼ ਅਸਰ ਨਹੀਂ ਕਰਦੀ। ਬਲ ਹੋਵਾ ਬੰਧਨ ਛੁੱਟੇ, ਬੰਧਨ ਬਾਹਰ ਦੀ ਚੀਜ਼ ਦਾ ਅਸਰ ਹੀ ਨਹੀਂ ਪੈ ਰਿਹਾ, ਸਭ ਕੁਛ ਹੋਤ ਉਪਾਏ। ਇੱਥੇ ਤਾਂ ਬੰਦਾ ਚਾਰ ਅੱਖਰ ਪੜ ਜੇ, ਘਰ ਚ ਵਿਚਾਰੀ ਕੋਈ ਮਾਈ ਅਨਪੜ੍ਹ ਹੋਵੇ ਨਾ, ਮੈਂ ਅੱਜ ਦੀਆਂ ਸਾਰੀਆਂ ਨਹੀਂ ਬੀਬੀਆਂ ਇਸ ਤਰ੍ਹਾਂ ਦੀਆਂ ਹੋ ਸਕਦੀਆਂ, ਪਰ ਜਿਹੜੀਆਂ ਪੁਰਾਣੀਆਂ ਮਾਈਆਂ ਉਹਨਾਂ ਨੂੰ ਇੰਗਲਿਸ਼ ਨਹੀਂ ਬੋਲਣੀ ਆਉਂਦੀ, ਜਿਹੜੀਆਂ ਅੱਜ ਕੱਲ੍ਹ ਦੀਆਂ ਪੜ੍ਹੀਆਂ ਨੇ ਉਹ ਪੱਲੇ ਨਹੀਂ ਪੜ੍ਹ ਕੇ ਰਾਜੀ ਹੁੰਦੇ ਕਿ ਮਾਈ ਮਦਰ ਮੈਂ ਨੀ ਉਹਦੇ ਨਾਲ ਜਾਂਦੀ, ਮੈਂ ਨੀ ਆਪਣੇ ਸੱਸ ਨਾਲ ਜਾਂਦਾ, ਉਹਨੇ ਅੰਗਰੇਜ਼ੀ ਪੰਜੀ ਬੋਲਣੀ ਆਉਂਦੀ, ਡਰੈਸ ਪਾਉਣੀ ਅਗਾਉਂਦੀਆਂ ਇੱਦਾਂ ਨਹੀਂ। ਮਾੜੀ ਜਿਹੀ ਚੀਜ਼ ਪੱਲੇ ਪਈ ਸਹੀ ਦਿਮਾਗ 'ਚ ਬੰਦਾ ਕਿਸੇ ਨੂੰ ਪੱਲੇ ਨਹੀਂ ਪਾ, ਇਹਨੂੰ ਕਹਿੰਦੇ ਕਮਜ਼ੋਰ, ਜਿਹੜਾ ਅੰਦਰੋਂ ਜੁੜਿਆ ਨਾ। ਉਹ ਕਹਿੰਦਾ ਮਹਾਰਾਜ ਤਰਸ ਪਿਆ ਮੇਰਾ ਮਤ ਕੋਈ ਸਤਿਗੁਰ ਸੱਜਣ, ਜੇ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀਵੇ ਹਰਿਆ, ਬਲ ਹੋਵਾ ਬੰਧਨ ਛੁਟੇ ਸਭ ਕਿਛ ਹੋਤ ਉਪਾਏ, ਨਾਨਕ ਸਭ ਕਿਛ ਤੁਮਰੇ ਹਾਥ ਮੈਂ ਤੁਮ ਹੀ ਹੋਤ ਸਹਾਈ, ਤੇਰੀ ਬਖਸ਼ਿਸ਼ ਹੋਵੇ ਜਿਸ ਮਨ ਚੜ੍ਹਦੀ ਕਰਾ ਜਾਂਦਾ, ਗੁਰੂ ਕਿਰਪਾ ਕਰੇ ਸਤਿਗੁਰ ਸੱਚਾ ਪਾਤਸ਼ਾਹ ਸਭ ਕੁਛ ਮਹਾਰਾਜ ਤੇਰੇ ਹੱਥ ਵਿੱਚ ਹੋਵੇ, ਤੇ ਅਸੀਂ ਸਾਰੇ ਤੁਹਾਡੇ ਸਾਰਿਆਂ ਦੇ ਅੰਦਰ ਕੁਆਲਿਟੀ ਵੱਸਦੀ ਹੈ, ਭਾਵੇਂ ਤੁਸੀਂ ਸਾਰਿਆਂ ਨੇ ਅੰਮ੍ਰਿਤ ਛਕਿਆ ਜਾਂ ਨਹੀਂ ਛਕਿਆ, ਪਰ ਤੁਹਾਡੇ ਸਾਰਿਆਂ ਦੇ ਅੰਦਰ ਕੋਈ ਨਾ ਕੋਈ ਕੁਆਲਿਟੀ ਰੱਬ ਨੇ ਬਖਸ਼ੀ ਹੈ। ਮਹਾਰਾਜ ਕਿਰਪਾ ਕਰੇ, ਗੁਰਦਾਨ ਔਰ ਸ਼ੁਕਰ ਕਰੀਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ, ਇੱਕ ਦੂਸਰੇ ਦਾ ਸਤਿਕਾਰ ਕਰੀਏ, ਔਰ ਗੁਰੂ ਕਿਰਪਾ ਕਰੇ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰੇ, ਬਾਣੀ ਦੇ ਸ਼ਬਦ ਦੇ ਭਾਵ ਸਾਡੇ ਜੀਵਨ 'ਚ ਵੱਸ ਸਕਣ, ਭੁੱਲਾਂ ਸਤਿਗੁਰੂ ਜੀ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸੁਆਈ ਸਾਹਿਬ ਸੰਗਤ ਜੀ, ਗੁਰੂ ਸਾਹਿਬਾਂ ਦੀ ਬਖਸ਼ੀ ਹੋਈ ਫਤਿਹ ਕਮਾਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
सत्संग जीओ हमने वीर हरजीत सिंह जी आप जी कथा राही जोड़ते गए हैं जिदे उन्होंने दसिया कि एक सिख विच की क्वालिटीज वगैरह है साढ़े विच भी आ सकती हैं जे असी उन्होंने क्वालिटी को अपनाइए जे हर बंदे असी नीवा करन दी सोचांगे ते असी उस जगह ते नहीं पहुँच सकते जिस जगह ते सिख पहुँचना चाहता है। सत्संग जीओ वीर महिंदर सिंह जी अज आप जी दे नाल कुछ विचारां नाल सांझ पाण गए कल वीर दलवीर वीर जी ने पाई सी सांझा ते सत्संग जी दो दिन हो गए कैंप नूं ते उस दे विच जिहड़ा वी रिजल्ट आया है बच्चे बहुत समझदार ने छोटे छोटे बच्चे होंदे ते शरारती ने शरारतां भी उन्होंने बड़ियां कीतियां ने पर समझदार भी बहुत ने पर उहदे विच जो थोड़ा बहुत निचोड़ मेरी दिमाग के हिसाब से मैं अपना दस रहा हाँ कि मेन बच्चों की प्रॉब्लम हैगी पंजाबी की क्योंकि बच्चों कई पूछा तो बच्चे कहते हैं कि साढ़े घर थाई बोल रहे हाँ फूड के पसाद थाई रे पसाद अंग रेवा पसाद हिंदी मैं नहीं हाई फूड पसाद है वो बच्चों का कसूर नहीं है वो सा 100% कसूर है तो प्लीज़ आप जी के चरणा फिर बेनती कर रहा हाँ कि जेड़े जेड़े बच्चे मैं ना बाद उन्होंने पेरेंट्स नाल गल करांगे असी कि जिन्हां दे बच्चों ने सानू इस तरह बोलिया है कि साढ़े घर पंजाबी नहीं बोलते तो कैंप बच्चों को भेजन का फायदा ता ही है जे तुसी उसका फायदा चुको ऐ नहीं कि तुसी फ्राइडे सैटरडे संडे बच्चों को कैंप भेज दिता तो आप सैरा करन तुर गए तो बस सोमवार तो फिर हो रोटी तो मेरी हाथ छोड़ के बेनती है इन्हीं की बेनती जरूर प्रवान करनी तो जे मैं कोई गलत हो गई बोल गया हो तो मैं आप सारे पासों माफ़ी चाहना हाँ। तो वीर महेंद्र सिंह जी स्टेज पर आ रहे हैं तो कल का वेरवा इस तरीके है कल शाम के दीवान जिन्हें भी बच्चे कैंप आए हैं 22 बच्चे तो उन्होंने बच्चों ट्रॉफियां वगैरह भी दी जाएगियां तो आप सारे पेरेंट्स जिन्होंने अपने बच्चों इस कैंप भेजा है कृपा करके सारे पेरेंट्स परिवार समेत पहुँचना जी। वाहिगुरु जी का खालसा वाहिगुरु जी की फतेह जी। कोशिश कर रहे हैं इस कैंप दे विच बच्चियां दे नाल पहले दिन तो असी बेनती की थी कि यह कैंप इस तरह का असी डिजाइन करिए कि कॉन्टीन्यूटी रहे तीन दिन बाद खत्म ना हो जाए उहदे विच आप सारयां दा सहयोग चाहिए एक कैंप लगे ही रहे हर वेले साढ़े घर दे विच ऐसा कोई असी डिजाइन कर सकिए ऐसा कोई असी उपराला कर सकिए असी कोई इतने ज्ञान वंडन नहीं आए जितना कुछ सानू बख्शिश नाल सानू कुछ जो पता लग्या असी तुहाडे नाल सांझ करवाए हैं बस साडा इन्ना ही पर्पस है और तुहाडे कोल असी बड़ा कुछ सीख के भी जा रहे बच्चों को भी बड़ा कुछ सीख के जा रहे सो अज एक शब्द की सांझ तुहाडे नाल करन लगे हाँ शब्द तुहाडे सामने स्क्रीन ते आएगा जी का पूरा शब्द तुसी दे सको गौड़ी पूर्वी कबीर साहब का उचारिया हुआ शब्द है गुरु ग्रंथ साहब जी के 337 नंबर अंते सवायमान है सुरग बासना बाछी है
डरिए ना नरक निवास, होना है सो हुई है, मन न कीजे आस। रमैया गुण गाइए, जाते पाइए परम निधान रहाओ। क्या जप क्या तप संजमो, क्या व्रत क्या स्नान, जब लग जुगत न जानिए भाव भगत भगवान। संपै देख न हरखिए, विपत देख न रोए, जो संपै त्यों विपत है, विद ने रचिया सो होए। कह कबीर अब जानिया संतन हृदय मझार, सेवक सो सेवा पले, जय कट वसै मुरार। गुरु ग्रंथ साहब की जो शब्दों की बनकर की टैक्नीक है कि शब्द का जो रहाव का बंध होंगे वो सारे शब्द का सार, उस शब्द का पूरा सेंट्रल आइडिया, उस शब्द की जिस्त होती है। इस शब्द के जो इस रहाव की पगबंध है वो है रवैया गुण गाइए, जाते पाइए परम निधान। बड़िया छोटी छोटी गल् असं बेसिक गल् बच्चों के नाल साझ कर रहे हैं, आप सारे भी, और जो इतने लग आ के सू महसूस होया कि एक बच्चा छोटा बच्चा स्कूल जाने की तैयारी हो रहा है, जिंदगी का वह पहला दिन हो स्कूल जाने का, बैग ले अपना वे कुछ बुक्स रखे किताबा रखे, तो उन्होंने कोई आके पूछे बेटा दस ए फॉर की होंगे बी फॉर की होंगे, तो साढ़े वाल असल देखे तो सानू हैरानगी नहीं होनी चाहिए क्योंकि पहला दिन है, असं उस बच्चे अनजान मूर्ख नहीं कहवाते, पहला दिन है वह अजे गया ही नहीं स्कूल, उन्होंने पता ही नहीं कुछ, पढ़ाई नहीं की, असं वो कुछ क्वेश्चन पूछ रहे उन्होंने कुछ नहीं पता। हूँ बच्चा स्कूल जाना शुरू हो जाए, दो दिन चार दिन हफ्ता महीना दो साल चार साल दस साल तक वो स्कूल जा रहा आ रहा, दस साल बाद बच्चा सानू मिले असं पूछिए बच्चे बोल ए फॉर की होंगे, वो फिर साड़ी असर शक्ल देखे हूँ असं की कहोंगे, हूँ असं गल कह सकते कि बच्चा अनजाण है मूर्ख है इन्हों कुछ नहीं आया, इन्हें दस साल स्कूल के चलाए ने पहले नहीं सी गल कही पहले दिन, लेकिन दस साल जब असं क्या कि जा जाके इन्हें सीखा की है। सेम हालत साढ़े नाल भी होती है, जिहड़ा क्वेश्चन असं छोटे बच्चों को पूछिए क्योंकि असं एक्सपीरियंस कर रहे हैं, तो साढ़े वाले असर देखते हैं, असं भी कहने कि बच्चे अनजाण ने, इन्होंने अजे गुरुद्वारा नहीं देखा, आए नहीं, गुरबाणी इन्होंने पढ़ी ही नहीं, अनजाण ने। पर जिहड़े असीं वड्डे सानूं असीं बड़े माण नाल कहिंदे, मैनूं 40 साल हो गए ने गुरुद्वारे जांदे, मैनूं 30 साल हो गए ने, मैनूं 50 साल हो गए, ते जे असीं किसी नूं पुछीए कि जपजी साहब की छेवीं पौड़ी दे अर्थ दसोगे पहली बाणी, ते उह साडे वल असीं ना देखे की कहोंगे। सो सानू गुरबाणी नूं समझना इस करके बड़ा जरूरी है कि असी अगे वंड सकीए, अपने बच्चों नूं ताही दे पावांगे जे असी कुछ लिया होए। सो इतने बरीक नुक्ते सानू गुरु साहब दसदे ने बाणी दा, शब्द है रमैया गुण गाइए, उस रमे हुए परमात्मा के गुण गाइए। गुण गाइए किस तरह, बाजे ढोलगी छाने के नाल गाइए, जिन्हों बाजा तबला नहीं आता, म्यूजिक के बारे नॉलेज नहीं है, वो की करेगा। वो तो गुण गा ही सकता, वो तो परमात्मा नाल मेल ही नहीं फिर हो सकता, क्या होगा। और यह सोल्यूशन
ਗੁਰੂ ਸਾਹਿਬ ਆਪ ਹੀ ਬਾਣੀ ਦਿੰਦੇ ਨੇ। ਹੁਣ ਭਾਈ ਸਾਹਿਬ ਉਸ ਨਵੇਂ ਮਹੱਲੇ ਦੇ ਸ਼ਲੋਕਾਂ ਦੀ ਵਿਆਖਿਆ ਕਰ ਰਹੇ ਸੀ। ਪਹਿਲਾ ਸ਼ਲੋਕ, ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਤ ਕੀ ਕਹੋ ਨਾਨਕ ਹਰ ਭਜਮਨਾ ਜਹਿ ਬਿਦ ਜਲ ਕੋ ਮੀਨ। ਕਿਆ ਕਮਾਲ ਦੀ ਐਗਜ਼ਾਮਪਲ ਗੁਰੂ ਸਾਹਿਬ ਦਿੰਦੇ ਨੇ ਕਿ ਜਿਸ ਤਰ੍ਹਾਂ ਮੀਨ ਭਾਵ ਮੱਛਲੀ ਪਾਣੀ ਨੂੰ ਗਾਉਂਦੀ ਹੈ ਨਾ, ਉਸ ਤਰ੍ਹਾਂ ਤੂੰ ਗਾ। ਇਹ ਵਿਧ ਵਿਧ ਭਾਵ ਟੈਕਨੀਕ ਤਰੀਕੇ ਦੇ ਨਾਲ, ਇਸ ਤਰੀਕੇ ਦੇ ਨਾਲ ਤੂੰ ਪਰਮਾਤਮਾ ਦੇ ਗੁਣ ਗਾ। ਤੂੰ ਇਸ ਤਰ੍ਹਾਂ ਨਹੀਂ ਗਾਏ, ਗੁਣ ਗੋਬਿੰਦ ਗਾਇਓ ਨਹੀਂ। ਹੁਣ ਮੱਛਲੀ ਜਿਹੜੀ ਹੈ ਉਹ ਪਾਣੀ ਦੇ ਗੁਣ ਕਿਸ ਤਰ੍ਹਾਂ ਗਾਉਂਦੀ ਹੈ? ਉਹ ਕਿਆ ਵਾਟਰ 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 ਕਰਦੀ ਹੈ? ਕਿਆ ਉਹ ਪਾਣੀ 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 ਕਰਦੀ ਰਹਿੰਦੀ ਹੈ? ਜਾਂ ਮਿਊਜ਼ਿਕ ਤਬਲੇ ਕਿਸੇ ਰਾਗਾਂ ਦੇ ਵਿੱਚ ਗਾਉਂਦੀ ਹੈ? ਬਸ ਉਹਦਾ ਜੀਵਨ ਹੀ ਪਾਣੀ। ਜੋ ਵੀ ਉਸ ਮੱਛੀ ਨੂੰ ਪਾਣੀ ਤੋਂ ਅਲੱਗ ਕਰਦੇ ਆ ਉਹ ਤੜਪਦੀ ਹੈ। ਇਸ ਤਰ੍ਹਾਂ ਗੁਰੂ ਸਾਹਿਬ ਉਹ ਐਗਜ਼ਾਮਪਲ ਦਿੰਦੇ ਨੇ ਸਾਨੂੰ ਰੋਜ਼ਮਰਾ ਦੀ ਜ਼ਿੰਦਗੀ ਦਾ। ਇਸ ਤਰ੍ਹਾਂ ਗੁਣ ਗਾਈਦਾ ਪਰਮਾਤਮਾ ਦੇ ਵਿੱਚ, ਪਰਮਾਤਮਾ ਦੇ ਗੁਣਾਂ ਦੇ ਨਾਲ ਜੀਣਾ ਪਰਮਾਤਮਾ ਦੇ ਗੁਣ ਗਾਉਣੇ ਨੇ, ਇਹ ਗਾਣਾ ਕਹਿੰਦੇ ਨੇ। ਰਮਈਆ ਗੁਣ ਗਾਈਏ ਹੁਣ ਹੋਏਗਾ ਕੀ? ਜਾਂ ਤੇ ਪਾਈਏ ਪਰਮ ਨਿਧਾਨ। ਇਹਦੇ ਨਾਲ ਤੈਨੂੰ ਪਰਮ ਨਿਧਾਨ, ਨਿਧਾਨ ਕਹਿੰਦੇ ਨੇ ਕਿਸੇ ਖਜ਼ਾਨੇ ਨੂੰ, ਦੌਲਤ ਨੂੰ। ਦੂਸਰਾ ਭੁਲੇਖਾ, ਅਸੀਂ ਚਾਹੁੰਦੇ ਹਾਂ ਇੱਥੇ ਆਈਏ ਮੱਥਾ ਟੇਕੀਏ ਸਾਡੇ ਘਰ ਲਹਿਰਾ ਪੈਦਾ ਹੋ ਜਾਣ, ਬਿਜ਼ਨਸ ਚੱਲ ਜਾਣ, ਸਾਡੇ ਗੱਡੀਆਂ ਕੋਠੀਆਂ ਕਾਰਾਂ ਸਭ ਕੁਝ ਬਣ ਜਾਣ, ਕਿਉਂਕਿ ਸਾਨੂੰ ਕਿਸੇ ਨੇ ਆ ਕੇ ਦੱਸਦਾ ਇੱਥੇ ਆਓ ਘਰ ਤਾਂ ਤੇਰੇ ਸਭ ਕੁਛ ਹੈ, ਬਸ ਇੱਥੇ ਆ ਕੇ ਮੰਗੋ। ਔਰ ਖਜ਼ਾਨਾ ਸਾਨੂੰ ਪਤਾ ਹੈ, ਖਜ਼ਾਨੇ ਦਾ ਮੀਨਿੰਗ ਧਨ ਦੌਲਤ ਬੈਂਕ ਬੈਲੈਂਸ। ਲੇਕਿਨ ਇੱਥੇ ਕਹਿੰਦੇ ਨੇ ਪਰਮ ਨਿਧਾਨ, ਸਭ ਤੋਂ ਸੁਪਰੀਮ ਖਜ਼ਾਨਾ। ਉਹ ਸੁਪਰੀਮ ਖਜ਼ਾਨਾ ਕਿਹੜਾ? ਉਦੋਂ ਪਹਿਲੀ ਲਾਈਨ ਦਾ ਜ਼ਿਕਰ ਕੀਤਾ, ਗੁਣ ਗੁਣ ਗਾਈ ਹੈ, ਗੁਣ ਹੀ ਪਰਮ ਨਿਧਾਨ ਨੇ, ਗੁਣ ਹੀ ਖਜ਼ਾਨਾ ਹੈ। ਜਿਹਦੇ ਕੋਲ ਗੁਣ ਹੈ ਨਾ ਉਹਦੇ ਕੋਲ ਧਨ ਦੌਲਤ ਦੀ ਫਿਰ ਕੋਈ ਕਮੀ ਵੀ ਨਹੀਂ। ਅਸੀਂ ਚਾਹੁੰਦੇ ਹਾਂ ਧਨ ਦੌਲਤ ਆ ਜਾਏ, ਬੈਂਕ ਬੈਲੈਂਸ ਵੱਧ ਜਾਏ, ਘਰ ਬੱਚਿਆਂ ਦੇ ਰਿਸ਼ਤੇ ਹੋ ਜਾਣ, ਪੜ੍ਹਾਈ ਅੱਛੀ ਕਰ ਜਾਣ, ਬੜੇ ਸਾਰੇ ਸਾਡੇ ਇਸ ਤਰ੍ਹਾਂ ਦੇ ਡਿਜ਼ਾਇਰਸ ਹੁੰਦੇ ਜਿਹੜੇ ਅਸੀਂ ਆ ਕੇ ਇੱਥੇ ਮੰਗਦੇ ਹਾਂ। ਲੇਕਿਨ ਇੱਥੇ ਆ ਕੇ ਸਾਨੂੰ ਕੇਵਲ ਤੇ ਕੇਵਲ ਗੁਰਬਾਣੀ ਤੋਂ, ਗੁਰਮਤਿ ਤੋਂ ਸਾਨੂੰ ਗੁਣ ਮਿਲਦੇ ਨੇ। ਹਾਂ, ਅਗਲੀਆਂ ਗੱਲਾਂ ਉਸ ਤੋਂ ਚੱਲਦੀਆਂ ਅੱਗੇ, ਜਿਹਦੇ ਬੱਚੇ ਗੁਣ ਹੁੰਦੇ ਨਾ ਉਹਦੇ ਘਰਾਂ ਦੇ ਰਿਸ਼ਤੇ ਵੀ ਚੰਗੇ ਕਾਰਨ ਹੋ ਜਾਂਦੇ, ਵਰਨਾ ਗੁਣ ਨਾ ਆਉਣ ਤੇ ਰਿਸ਼ਤੇ ਹੋਏ ਵੀ ਗੜਬੜ ਹੋ ਜਾਂਦੇ। ਗੁਣ ਹੈ ਤੇ ਧਨ ਦੌਲਤ ਵੀ ਕਮਾਈ ਜਾਂਦੀ ਹੈ, ਤੇ ਜੇ ਗੁਣ ਨਹੀਂ ਹੈ ਤੇ ਤੁਸੀਂ ਸਾਰੇ ਬੜੀ ਜ਼ਿੰਦਗੀ ਲਾ ਕੇ ਆਇਓ, ਪਿਤਾ ਪੁਰਖੀ ਦੇ ਖਜ਼ਾਨੇ ਆਏ ਵੀ ਲੁੱਟੇ ਜਾਂਦੇ, ਕਿਉਂਕਿ ਗੁਣ ਨਹੀਂ ਸੀ ਸੰਭਾਲਣਾ। ਸੋ ਰਹਾਉ ਦੇ ਵਿੱਚ ਕਹਿੰਦੇ ਨੇ ਕੇਵਲ ਤੇ ਕੇਵਲ ਮੈਨੂੰ ਗੁਣਾਂ ਦਾ ਖਜ਼ਾਨਾ ਮਿਲੇ, ਜਾਂ ਤੇ ਪਾਈਏ ਪਰਮ ਨਿਧਾਨ। ਪਹਿਲਾ ਬੰਦ, ਸੁਰਗ ਵਾਸ ਨਾ ਬਾਛੀਐ ਡਰੀਏ ਨਾ ਨਰਕ ਨਿਵਾਸ, ਹੋਣਾ ਹੈ ਸੋ ਹੋਈ ਹੈ ਮਨੇ ਨਾ ਕੀਜੈ ਆਸ। ਧਰਮ ਦੀ ਦੁਨੀਆਂ ਦੇ ਵਿੱਚ ਇਹ ਬੜਾ ਵੱਡਾ ਭੁਲੇਖਾ ਸਾਨੂੰ ਪਾਇਆ ਗਿਆ, ਇੱਕ ਸਵਰਗਾਂ ਦਾ ਲਾਲਚ, ਇੱਕ ਨਰਕਾਂ ਦਾ ਡਰ। ਔਰ ਇਹ ਸੋਚ ਲੈ ਕਿ ਇਨਸਾਨ ਨੂੰ ਕਿਸੇ ਡਰ ਔਰ ਲਾਲਚ ਦੇਵਾਂਗੇ ਤਾਂ ਇਹ ਧਰਮ ਵੱਲ ਪਾਸੇ ਆਇਆ, ਔਰ ਫਿਰ ਬੜੇ ਬੜੇ ਸੀਨ ਬਣਾ ਦਿੱਤੇ ਸਵਰਗਾਂ ਦੇ ਵਿੱਚ, ਇਹ ਮਿਲਦਾ ਹੈ, ਇਹ ਐਸ਼ੋ ਆਰਾਮ, ਬੜਾ ਕੁਛ ਸਵਰਗ ਦਾ ਸੀਨ ਬਣਾ ਦਿੱਤਾ, ਅਸੀਂ ਸਾਰੇ ਜਾਣਦੇ ਹਾਂ। ਔਰ ਨਰਕ, ਨਰਕ ਦੇ ਦਿੱਤੇ ਦੱਸ ਦਿੱਤੇ ਦੁੱਖ, ਪ੍ਰੋਬਲਮਸ, ਅੱਗ ਦੇ ਕੜਾਹੇ ਚੱਲਦੇ ਨੇ, ਬੜਾ ਉਹਦਾ ਵੀ ਖਤਰਨਾਕ ਸੀਨ ਕ੍ਰੀਏਟ ਕੀਤਾ ਗਿਆ। ਬਸ ਡਰ ਔਰ ਲਾਲਚ ਦੇ ਕੇ ਧਰਮ ਦੇ ਵੱਲ ਪ੍ਰੇਰਨ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਨਾ, ਇਹ ਚੱਲੀ ਨਹੀਂ, ਹਜ਼ਾਰਾਂ ਸਾਲ ਤੋਂ ਚੱਲਦੀ ਆ ਰਹੀ, ਲੇਕਿਨ ਧਰਮ ਨਜ਼ਰ ਨਹੀਂ ਆ ਰਿਹਾ।
ਸਰ ਫਾਰਮੂਲਾ ਚੱਲਿਆ ਹੀ ਨਹੀਂ। ਸੋ ਗੁਰਬਾਣੀ ਨੇ ਬੜਾ ਕਮਾਲ ਦਾ ਇੱਕ ਐਗਜ਼ਾਮਪਲ ਦੇ ਕਹਿੰਦੇ ਨੇ ਕਿਆ ਨਰਕ ਕਵਨ ਨਰਕ ਕਿਆ ਸਵਰਗ ਵਿਚਾਰਾ ਸੰਤਨ ਦੋ ਰਹਤੇ ਹਮ ਕਾਹੂ ਕੀ ਕਾਰਡ ਨਾ ਕਰਦੇ ਆਪਣੇ ਗੁਰਪ੍ਰਸਾਦੇ। ਕਹਿੰਦੇ ਮੈਨੂੰ ਸਵਰਗ ਔਰ ਨਰਕ ਦਾ ਕੋਈ ਵਿਚਾਰ ਹੀ ਨਹੀਂ ਕਿ ਮਰਨ ਤੋਂ ਬਾਅਦ ਕੀ ਹੋਇਆ ਮੈਂ ਕੀ ਬਣਾਂਗਾ ਕਿੱਥੇ ਜਾਵਾਂਗਾ। ਗੁਰਬਾਣੀ ਪ੍ਰੈਜੈਂਟ ਦੀ ਗੱਲ ਕਰਦੀ ਹੈ ਨਾ ਪਿਛਲੇ ਦੀ ਗੱਲ ਕਰਦੀ ਹੈ ਜਨਮ ਤੋਂ ਪਹਿਲੇ ਤੂੰ ਕਿਹੜੇ ਕਿੱਥੋਂ ਆਇਆ ਨਾ ਮਰਨ ਤੋਂ ਬਾਅਦ ਕਿਹੜੇ ਨਰਕ ਸਵਰਗ ਜਾਏਗਾ। ਸੀਨ ਜਿਹਨਾਂ ਨੇ ਕ੍ਰੀਏਟ ਕੀਤੇ ਨਾ ਜੇ ਸਾਡੇ ਇਸ ਮੁਲਕਾਂ ਦੇ ਵਿੱਚ ਏਸ਼ੀਆ ਦੇ ਵਿੱਚ ਗਰਮੀ ਹੈ ਨਾ ਤੇ ਸਾਡੇ ਨਰਕ ਇਸ ਤਰ੍ਹਾਂ ਦੇ ਪੜਾ ਦਿੱਤੇ ਕਿ ਜਿੱਥੇ ਬੜੇ ਅੱਗ ਦੇ ਕੜਾਏ ਔਰ ਗਰਮੀ ਔਰ ਇਸ ਤਰ੍ਹਾਂ ਦੀ ਚੀਜ਼ਾਂ ਚੱਲਦੀਆਂ ਜਿਹਨਾਂ ਦੇਸ਼ਾਂ ਦੇ ਵਿੱਚ ਠੰਡ ਪੈਂਦੀ ਹੈ ਨਾ ਬਰਫ਼ਾਂ ਪੈਂਦੀਆਂ ਤੁਸੀਂ ਉਹਨਾਂ ਜਗ੍ਹਾ ਤੇ ਜਾ ਕੇ ਦੇਖਣਾ ਉਹਨਾਂ ਦੇ ਧਰਮ ਦੇ ਜਿਹੜੇ ਨਰਕ ਨੇ ਨਾ ਉੱਥੇ ਉਹਨਾਂ ਨੇ ਲਿਖਿਆ ਇੱਥੇ ਬਰਫ਼ਾਂ ਪੈਂਦੀਆਂ ਨਰਕਾਂ ਵਿੱਚ ਉਹਨਾਂ ਨੇ ਐਸੇ ਤਸੱਵੁਰ ਕੀਤੇ ਹੋਏ ਕਿਉਂਕਿ ਉਹ ਬਰਫ਼ਾਂ ਤੋਂ ਪਰੇਸ਼ਾਨ ਨੇ ਉਹਨਾਂ ਨੇ ਆਪਣੇ ਇਮੈਜਿਨ ਕੀਤਾ ਹੋਇਆ ਇੱਕ ਨਰਕ ਇਸ ਤਰ੍ਹਾਂ ਦਾ ਹੋਇਆ। ਲੇਕਿਨ ਐਟ ਪ੍ਰੈਜੈਂਟ ਕਿਹੜੇ ਨਰਕ ਦੇ ਵਿੱਚ ਹਾਂ ਮੈਂ ਗੁਰਬਾਣੀ ਤੋਂ ਪੁੱਛੀਏ ਜਿਸਕੇ ਅੰਤਰ ਰਾਜ ਅਭਿਮਾਨ ਸੋ ਨਰਕ ਪਾਤੀ ਹੋਰ ਸੁਆ ਐਟ ਪ੍ਰੈਜੈਂਟ ਹੁਣੇ ਇਸੇ ਵੇਲੇ ਤੂੰ ਨਰਕ ਦੇ ਵਿੱਚ ਹੈ ਜੇ ਤੇਰੇ ਅੰਦਰ ਅਭਿਮਾਨ ਕੋਈ ਖਾਸ ਰਾਜ ਦਾ ਪਾਵਰ ਦਾ ਐਟ ਪ੍ਰੈਜੈਂਟ। ਹੁਣ ਇੱਕ ਪਾਸੇ ਇਹ ਗੱਲ ਕਰਦੇ ਨੇ ਨਰਕ ਪਾਤੀ ਹੋਵਾ ਸਵਾ ਹੁਣੇ ਇਸੇ ਵੇਲੇ ਤੂੰ ਨਰਕ ਦੇ ਵਿੱਚ ਹੈ। ਦੂਸਰੇ ਪਾਸੇ ਸਵਰਗ ਦੀ ਗੱਲ ਕਰਦੇ ਨੇ ਕਹਿੰਦੇ ਨੇ ਮਨ ਤੂੰ ਜੋਤ ਸਰੂਪ ਹੈ ਐਟ ਪ੍ਰੈਜੈਂਟ ਤੂੰ ਹੈ ਹੁਣੇ। ਸੋ ਦੋਨੋਂ ਚੀਜ਼ਾਂ ਸਾਡੇ ਸਾਹਮਣੇ ਰੱਖਦੀਆਂ ਚੋਇਸ ਸਾਡੀ ਹੈ ਅਸੀਂ ਨਰਕ ਜਾਣਾ ਕਿ ਸਵਰਗ ਜਾਣਾ ਹੁਣੇ ਜਾ ਸਕਦੇ ਹਾਂ ਇਸੇ ਵੇਲੇ। ਸਾਰਾ ਜਿਹੜਾ ਜੀਵਨ ਹੈ ਨਾ ਸਾਡਾ ਉਹ ਕਦੀ ਨਰਕ ਹੈ ਕਦੀ ਸਵਰਗ ਹੈ ਸਾਨੂੰ ਆਪਣੇ ਆਪ ਵਿਚਾਰਨਾ ਕਿ ਅਸੀਂ ਕਿਹੜਾ ਜੀਵਨ ਜੀਵ ਬਤੀਤ ਕਰਨਾ। ਇੱਕ ਹੁੰਦਾ ਜੀਵਨ ਬਤੀਤ ਕਰਨਾ ਇੱਕ ਹੁੰਦਾ ਜ਼ਿੰਦਗੀ ਜੀਣਾ ਦੋਨਾਂ ਦੇ ਵਿੱਚ ਫਰਕ ਹੈ। ਜਦੋਂ ਕਿਸੇ ਕੋਲ ਪੁੱਛੀਏ ਨਾ ਕੀ ਹਾਲ ਹੈ ਤੁਹਾਡਾ ਅਸੀਂ ਕਈ ਵਾਰੀ ਫੋਨ ਕਰਦੇ ਹਾਂ ਜਾਂ ਕੋਈ ਪਹਿਲੇ ਸਾਡਾ ਕੁਐਸਚਨ ਹੋਰ ਸੀ ਕੀ ਹਾਲ ਹੈ ਤੇ ਜੇ ਸਾਨੂੰ ਉਦੋਂ ਕੁਐਸਚਨ ਦਾ ਆਨਸਰ ਹੈ ਮਿਲੇ ਨੇ ਬਸ ਜੀ ਕੱਟ ਰਹੀ ਹੈ ਇਸ ਤਰ੍ਹਾਂ ਦੀ ਕਹਿੰਦੇ ਨਾ ਬਸ ਜੀ ਬਸ ਟਾਈਮ ਪਾਸ ਹੋ ਗਿਆ ਬਸ ਜਿਹੜਾ ਵੇਲਾ ਲੰਘ ਜਾਏ। ਜਦੋਂ ਇਸ ਤਰ੍ਹਾਂ ਦੇ ਆਨਸਰ ਮਿਲਣ ਨਾ ਸਮਝੋ ਪਿੱਛੇ ਕਿਤੇ ਪ੍ਰੋਬਲਮ ਚੱਲ ਰਹੀ ਹੈ ਜੀਵਨ ਨਹੀਂ ਜੀਆ ਜਾ ਰਿਹਾ ਪਰ ਟਾਈਮ ਪਾਸ ਕੀਤਾ ਜਾ ਰਿਹਾ। ਅਸੀਂ ਪਹਿਲੀ ਵਾਰੀ ਬੈਂਕੋਕ ਆਏ ਹਾਂ ਤਾਂ ਤੁਹਾਨੂੰ ਕੱਲ੍ਹ ਦੀ ਗੱਲ ਦੱਸਦਾ ਕੱਲ੍ਹ ਘਰ ਗਿਆ ਤਾਂ ਥਾਈ ਫੂਡ ਖਾਣ ਦਾ ਮੌਕਾ ਮਿਲਿਆ ਮੈਨੂੰ ਉਹ ਬੀਜੀ ਨੇ ਇੱਕ ਪਲੇਟ ਦੇ ਥੋੜ੍ਹਾ ਥਾਈ ਫੂਡ ਲਿਆਂਦਾ ਮੇਰਾ ਇਤਨਾ ਸਵਾਦ ਕਿ ਮੈਂ ਉਹਨੂੰ ਛੱਡਿਆ ਨਹੀਂ ਜ਼ਰਾ ਜਾ ਫਸਟ ਟਾਈਮ ਮੈਂ ਕਰ ਜ਼ਰਾ ਜਿਹਾ ਡਰੌਪ ਵੀ ਮੈਂ ਨਾ ਉਹ ਛੱਡ ਨਹੀਂ ਪਾਇਆ। ਔਰ ਸੇਮ ਵੇ ਅੱਜ ਇੱਕ ਫੂਡ ਸੀ ਉਹ ਮੈਂ ਮੇਰੇ ਕੋਲ ਖਾਧੇ ਨਹੀਂ ਗਿਆ ਮੈਂ ਛੱਡ ਦਿੱਤਾ ਹੁਣ ਕੀ ਹੈ। ਸੇਮ ਸਾਡੀ ਇਸ ਤਰ੍ਹਾਂ ਲਾਈਫ ਹੁੰਦੀ ਹੈ ਜਦੋਂ ਲਾਈਫ ਸਾਨੂੰ ਜੀਣ ਦੇ ਸਵਾਲ ਆਉਂਦਾ ਨਾ ਮਜ਼ਾ ਆਉਂਦਾ ਫਿਰ ਅਸੀਂ ਇੱਕ ਪਲ ਇਹਨੂੰ ਛੱਡਣਾ ਨਹੀਂ ਚਾਹੁੰਦੇ ਇਹਨੂੰ ਜੀਣਾ ਚਾਹੁੰਦੇ ਤੇ ਜਦੋਂ ਮਜ਼ਾ ਨਹੀਂ ਆ ਜਾਂਦਾ ਲਾਈਫ ਜੀਣ ਦਾ ਕੁਛ ਬਸ ਟਾਈਮ ਪਾਸ ਹੋ ਜਾਂਦਾ ਨਾ ਫਿਰ ਅਸੀਂ ਟਾਈਮ ਹੀ ਲੰਘਾਉਂਦੇ ਹਾਂ ਬਸ ਫਿਰ ਅਸੀਂ ਰੋਟੀ ਵਾਂਗਰ ਬਸ ਇੱਕ ਥੋੜ੍ਹੀ ਜਿਹੀ ਖਾ ਲਈ ਬਸ ਥੋੜ੍ਹੀ ਜਿਹੀ ਭੁੱਖ ਮਿਟ ਜਾਏ ਆਨੰਦ ਨਹੀਂ ਲੈਂਦਾ ਉਸ ਪਾਸ ਸਵਾਦ ਨਹੀਂ ਲੈਂਦੇ ਉਹ ਖਤਮ ਨਹੀਂ ਕਰਦੇ ਵੇਸਟ ਕਰਦੇ। ਸੇਮ ਸਾਡੀ ਲਾਈਫ ਵਿੱਚ ਜਦੋਂ ਜੀਵਨ 'ਚ ਆਨੰਦ ਆਉਣਾ ਸ਼ੁਰੂ ਹੁੰਦਾ ਅਸੀਂ ਇੱਕ ਇੱਕ ਪਲ ਦਾ ਇੰਤਜ਼ਾਰ ਕਰਦੇ ਰਾਤ ਹੁੰਦੀ ਅਸੀਂ ਚਾਹ ਹੁੰਦੇ ਕਿ ਚਲੋ ਸਵੇਰ ਹੋਏ ਮੈਂ ਕਰਨਾ ਉਹ ਤੇ ਜਦੋਂ ਜ਼ਿੰਦਗੀ ਦਾ ਆਨੰਦ ਨਾ ਆ ਰਿਹਾ ਹੋਵੇ ਨਾ ਫਿਰ ਬਸ ਬੁੱਝਿਆ ਬੁੱਝਿਆ ਬਸ ਕਦੋਂ ਦਿਨ ਲੰਘੇ ਟਾਈਮ ਪਾਸ ਹੋਏ ਫਿਰ ਸਾਡੀ ਚੋਇਸ ਹੈ ਕਿ ਅਸੀਂ ਨਰਕ ਔਰ ਸਵਰਗ ਕਦੋਂ ਮਾਣਨਾ ਹੈ। ਔਰ ਬੜਾ
ਕਮਾਲ ਦਾ ਮੈਨੂੰ ਇੱਥੇ ਦਾ ਸਿਸਟਮ ਲੱਗਿਆ। ਮੈਂ ਵਧਾਈ ਦਿਆਂਗਾ ਇਹਨਾਂ ਜਿਹੜੇ ਸੇਵਾਦਾਰ ਨੇ ਇੱਥੇ, ਲਫ਼ਜ਼ ਸੇਵਾਦਾਰ ਹੀ ਯੂਜ਼ ਕਰਦੇ ਨੇ ਇੱਥੇ। ਮੈਂ ਪਹਿਲੀ ਵਾਰੀ ਇਹ ਲਫ਼ਜ਼ ਗੁਰਦੁਆਰਿਆਂ ਦੇ ਵਿੱਚ ਇੱਥੇ ਆ ਕੇ ਸੁਣਿਆ। ਅਸੀਂ ਚਾਹੁੰਦੇ ਹਾਂ ਕਿ ਦੁਨੀਆਂ ਦੇ ਸਿਸਟਮ ਬਦਲ ਜਾਣ। ਨਹੀਂ, ਜੇ ਮੈਨੂੰ ਠੀਕ ਹੋਣਾ ਨਾ, ਜੇ ਮੈਂ ਆਨੰਦ ਮਾਣਨਾ ਚਾਹੁੰਦਾ ਤਾਂ ਮੈਨੂੰ ਹੀ ਚੇਂਜ ਹੋਣਾ ਪੈਣਾ। ਸਾਰੀ ਦੁਨੀਆਂ 'ਚ ਅਸੀਂ ਜਿੱਥੇ ਜਿੱਥੇ ਵੀ ਜਾਂਦੇ ਹਾਂ ਉੱਥੇ ਸਾਨੂੰ ਇਹ ਗੱਲਾਂ ਸੁਣਨ ਮਿਲਦੀਆਂ, ਉਹ ਪ੍ਰਧਾਨ ਜੀ ਇਸ ਤਰ੍ਹਾਂ ਕਰਦੇ ਨੇ, ਉਹ ਸਕੱਤਰ ਸਾਹਿਬ ਇਸ ਤਰ੍ਹਾਂ ਕਰਦੇ ਨੇ, ਉਹ ਫਲਾਣਾ ਸਿਸਟਮ ਇਹੋ ਜਿਹਾ, ਉਹ ਜਥੇਦਾਰ ਰੰਜ ਹੈ। ਲੇਕਿਨ ਇੱਥੇ ਆ ਕੇ ਬੜੇ ਕਮਾਲ ਦੀ ਚੀਜ਼ ਅਸੀਂ ਇਸ ਬੈਂਕਾਕ ਦੇ ਗੁਰਦੁਆਰੇ 'ਚ ਦੇਖੀਏ, ਜਿਹੜਾ ਵੀ ਆਉਂਦੇ ਜੀ ਇਹ ਸੇਵਾਦਾਰ ਹੈ ਜੀ, ਸਾਡੇ ਪਤਾ ਹੀ ਲੱਗਿਆ ਇੱਥੇ ਕੌਣ ਪ੍ਰਧਾਨ ਹੈ, ਕੌਣ ਸਕੱਤਰ ਹੈ, ਕੌਣ ਪ੍ਰਬੰਧਕ ਹੈ, ਸਾਰੇ ਸੇਵਾਦਾਰ। ਕਿਆ ਕਮਾਲ ਦਾ ਸਿਸਟਮ! ਇੱਥੇ ਦੇ ਜਿਹੜੇ ਪ੍ਰਬੰਧ ਕਰ ਰਹੇ ਨੇ ਕਿਸੇ ਨੂੰ ਦੋਸ਼ ਨਹੀਂ ਦਿੱਤਾ, ਇਹ ਆਪ ਹੀ ਸਵਰਗ ਵਾਸਾ ਹੋ ਗਿਆ ਇਹਨਾਂ ਦਾ ਐਟ ਪ੍ਰੈਜੈਂਟ, ਇਹ ਆਪ ਹੀ ਜ਼ਿੰਦਗੀ ਉਸ ਦੀ ਜੀਣ ਲੱਗ ਗਈ। ਸੋ ਸਾਡੇ ਸਾਹਮਣੇ ਐਗਜ਼ਾਮਪਲ ਨੇ, ਅਸੀਂ ਵੀ ਇਹ ਐਗਜ਼ਾਮਪਲ ਅਸੀਂ ਕ੍ਰੀਏਟ ਕਰ ਸਕਦੇ ਹਾਂ ਬੋਲਦੇ ਹੋਏ, ਅਸੀਂ ਸਿੱਖ ਕੇ ਜਾ ਰਹੇ ਬੜਾ ਨਜ਼ਰ ਤੋਂ। ਕਹਿੰਦੇ ਨੇ ਕਿਆ ਜਪ ਕਿਆ ਤਪ ਸੰਜਮੋ, ਕਿਆ ਵਰਤ ਕਿਆ ਇਸਨਾਨ, ਜਬ ਲਗ ਜੁਗਤ ਨਾ ਜਾਣੀਐ ਭਾਉ ਭਗਤ ਭਗਵਾਨ। ਕਿਆ ਜਪ, ਬੜਾ ਕਾਮਨ ਲਫ਼ਜ਼ ਹੈ ਸਾਡੇ ਸਿੱਖੀ ਦਾ, ਜਪਣਾ, ਤਪ ਕਰਨਾ। ਲੇਕਿਨ ਜੋ ਨੈਗੇਟਿਵ ਚੀਜ਼ਾਂ ਨੇ ਨਾ ਉਹਦੇ ਵਿੱਚ ਇਸ ਨੂੰ ਰੱਖਿਆ ਗਿਆ, ਕਿਆ ਜਪ ਕਿਆ ਤਪ ਸੰਜਮੋ, ਕਿਆ ਵਰਤ ਕਿਆ ਇਸਨਾਨ, ਜਬ ਤੱਕ ਜੁਗਤ ਨਾ ਜਾਣੀ ਹੈ। ਜਦ ਤੱਕ ਜੁਗਤ ਦਾ ਨਹੀਂ ਪਤਾ ਨਾ, ਅਸੀਂ ਨਾਮ ਤਪ ਕੁਛ ਹੋਰ ਹੀ ਸਮਝ ਲੈਂਦੇ। ਸਾਨੂੰ ਇਹਦੇ ਵਿੱਚ ਬੜਾ ਘੁਮਾ ਦਿੱਤਾ ਗਿਆ, ਇਸ ਤਰ੍ਹਾਂ ਸਾਡਾ ਨਾਮ ਜਪੀਦਾ ਹੈ, ਇਸ ਤਰ੍ਹਾਂ ਸਾਡਾ ਤਪ ਕਰੀਦਾ, ਇਸ ਤਰ੍ਹਾਂ ਸਾਡਾ ਸੰਜਮ ਰੱਖੀਦਾ, ਇੰਜ ਇੰਜ ਕਰੀਦਾ, ਬੜੇ ਸਾਰੇ ਸਾਨੂੰ ਵਿਚੋਂ ਦੱਸੇ ਜਾਂਦੇ। ਸੁਖਮਨੀ ਸਾਹਿਬ ਦੀ ਇੱਕ ਪੰਕਤੀ ਮੈਂ ਕੋਟ ਕਰਦਾ, ਉਹਦੇ ਵਿੱਚ ਇੱਕ ਪੂਰੀ ਲਿਸਟ ਦਿੰਦੇ ਨੇ ਗੁਰੂ ਸਾਹਿਬ, ਜੋ ਨੈਗੇਟਿਵਿਟੀ ਜੋ ਕਰਮ ਕਾਂਡ ਇਸ ਦੁਨੀਆਂ ਦੇ ਵਿੱਚ ਹੋ ਰਹੇ ਨੇ। ਕਹਿੰਦੇ ਜਾਪ ਤਾਪ ਗਿਆਨ ਸਭ ਧਿਆਨ, ਲਿਸਟ ਹੈ ਪੂਰੀ। ਖੱਟ ਸ਼ਾਸਤਰ ਸਿਮਰਤ ਬਖਿਆਨ, ਯੋਗ ਅਭਿਆਸ ਕਰਮ ਧਰਮ ਕਿਰਿਆ, ਸਗਲ ਤਿਆਗ ਬਨ ਬਦੇ ਪੂਰੀ ਲਿਸਟ ਹੈ। ਅਨੇਕ ਪ੍ਰਕਾਰ ਕੀਏ ਬਹੁ ਜਤਨਾ, ਉਨ ਦਾਨ ਹਉਮੈ ਬਹੁ ਰਤਨਾ, ਸਰੀਰ ਕਟਾਏ ਹਉਮੈ ਕਰ ਰਾਤੀ, ਵਰਤ ਨੇਮ ਕਰੇ ਬਹੁ ਭਾਤੀ, ਨਹੀਂ ਤੁਲ ਨਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪੀ ਇੱਕ ਵਾਰ। ਹੁਣ ਪੂਰੀ ਲਿਸਟ ਦੇ ਵਿੱਚ ਸਭ ਤੋਂ ਪਹਿਲਾ ਲਫ਼ਜ਼ ਹੈ ਜਿਹੜਾ ਜਾਪ, ਜਾਪ ਤਾਪ ਗਿਆਨ ਸਭ ਧਿਆਨ। ਹੁਣ ਅਸੀਂ ਕਹਿੰਦੇ ਕਿ ਜਪਣਾ ਚਾਹੀਦਾ, ਨਾਮ ਜਪਿਆ ਕਰੋ, ਲੇਕਿਨ ਪੂਰੀ ਨੈਗੇਟਿਵਿਟੀ ਦੀ ਜਿਹੜੀ ਲਿਸਟ ਹੈ ਨਾ ਉਹਦੇ ਸਭ ਤੋਂ ਪਹਿਲੇ ਗੁਰੂ ਸਾਹਿਬ ਦਾ ਜਾਪ ਦਾ ਨਾਮ ਲੈ ਰਹੇ ਨੇ। ਹੁਣ ਇਸ ਸ਼ਬਦ ਤੋਂ ਸਾਨੂੰ ਕਲੀਅਰ ਹੁੰਦਾ ਹੈ, ਜਬ ਤੱਕ ਜੁਗਤ ਨਾ ਜਾਣੀ, ਜਦ ਤੱਕ ਸਾਨੂੰ ਜੁਗਤ ਦਾ ਨਹੀਂ ਪਤਾ ਲੱਗੇਗਾ ਨਾ ਤਦ ਤੱਕ ਸਾਨੂੰ ਭੁਲੇਖੇ ਦੇ ਵਿੱਚ ਪਾਉਂਦੇ ਹੀ ਰਹੇਗੀ ਦੁਨੀਆਂ ਕਿ ਨਾਮ ਇਸ ਤਰ੍ਹਾਂ ਜਪੀਦਾ ਹੈ, ਨਾਮ ਇਹ ਹੁੰਦਾ ਹੈ, ਜਪ ਇਹ ਹੁੰਦਾ ਹੈ, ਜਾਪ ਇਸ ਤਰ੍ਹਾਂ ਕਰੀਦਾ। ਲੇਕਿਨ ਜਦੋਂ ਜੁਗਤ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਪੁੱਛਾਂਗੇ ਨਾ, ਬਾਣੀ ਤੋਂ ਪੁੱਛਣੇ, ਤੇ ਬਾਣੀ ਸਾਨੂੰ ਦੱਸਦੀ ਹੈ ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀ ਬੁਝਾਏ ਜੀ। ਫਿਰ ਅਸੀਂ ਕਿਸੇ ਬੰਦੇ ਦੇ ਮਗਰ ਨਹੀਂ ਲੱਗਾਂਗੇ ਕਿ ਕੋਈ ਸਾਨੂੰ ਆ ਕੇ ਕਿਸ ਤਰ੍ਹਾਂ ਨਾਮ ਜਪਾ ਕੇ ਕਿਸ ਤਰ੍ਹਾਂ ਸਾਨੂੰ ਉਹ ਟੈਕਨੀਕ ਦੱਸ ਕੇ ਜਾਂਦਾ। ਅਸੀਂ ਗੁਰੂ ਸਾਹਿਬ ਤੋਂ ਪੁੱਛਣ ਗਏ, ਤੁਸੀਂ ਸਾਨੂੰ ਦੱਸੋ ਨਾਨਕ ਸਤਿਗੁਰ ਦੀ ਬੁਝਾਏ ਜੀ। ਸਤਿਗੁਰ ਜੀ ਤੁਸੀਂ ਸਭ ਸਾਨੂੰ ਦੱਸੋ ਕਿ ਜਬ ਤੱਕ ਜਬ ਤੱਕ ਜੁਗਤ ਨਾ ਜਾਣੀ, ਜੁਗਤ ਤਕਨੀਕ ਕੀ ਹੈਗੀ ਹੈ ਨਾਮ ਜਪਣ ਦੀ। ਸੋ ਅਲੱਗ ਇੱਕ ਟੌਪਿਕ ਅਸੀਂ ਕਦੀ ਵਿਚਾਰ ਕਰਾਂਗੇ ਇਹਦੇ ਤੇ। ਸੰਪੈ ਦੇਖ ਨਾ ਹਰਖੀ ਹੈ, ਵਿਪਤ ਦੇਖ ਨਾ ਰੋਵੇ, ਜੋ ਸੰਪੈ ਤੇ ਵਿਪਤ ਹੈ, ਵਿਧ ਨੇ ਰਚਿਆ ਸੋ ਹੋਏ। ਭਾਈ ਸਾਹਿਬ ਜੀ ਆਪਣੇ ਬੜੇ ਡਿਟੇਲ ਦੇ ਵਿੱਚ ਇਸ ਗੱਲ ਨੂੰ ਕਰਕੇ ਗਏ ਨੇ।
संपै देख ना हड़किया, विपत देख ना रोए। सो गुरबाणी कमाल दी सानू टेक्निक दसी है किस तरह जिंदगी दे विच साडे स्टेबल असी हो सकते हैं, ये सहज किस तरह आ सकता है कि कुछ मिल गया तो असी बहुत उछाले ना खाई लेना, जे कुछ गवाच गया तो असी ढाइया मार के रोइए ना। इस करके गुरबाणी को समझना बड़ा जरूरी है। बड़ा कॉमन क्वेश्चन जब जाने कई बच्चे भी साढ़े को पूछते हैं कि मैं गुरबाणी क्यों पढ़ा, मैं की लोड़ है। आप सारे इतने बड़े जदीद उम्र थोड़ा तजुर्बा ना के आए हो, एक मिनट की असं एक्सरसाइज करिए अपनी लाइफ के विच तुसी कोई जमाना कोई टाइम याद करिए जो सा बहुत बड़ा नुकसान होया है, दो साल पांच साल सात साल दस साल पहले बीस साल पहले, कभी उस टाइम उस पीरियड में याद करिए जो सू बड़ी सा नुकसान होया या कोई सू बहुत ही तकलीफ दे ची हुई है, वो सा दुख और तकलीफ साढ़े अंदर कोई ऐसी सू जोड़ लगी हुई उस टाइम याद करिए दस पंद्रह भी साल पहले की याद आ गया। सबकी लाइफ सुन आप अज उस पीरियड को याद करके सू कुछ खास महसूस नहीं हो रहा, लेकिन उस वेले बड़ा दर्द सी जिस वेले वो घटना साढ़े ते वापरी, जिस टाइम वो साढ़े ते घटना वापरी जो होया जो इंसीडेंट होया उस टाइम वो दर्द महीने दो महीने बाद घट गया, दो साल बाद और घट गया, चार साल छह साल बाद अभी भूल भी गए, दस साल बाद बिल्कुल धुंधला हो गया। ऐसा साढ़े नाल होंदा है, जिहड़ा पांच साल सात साल दस साल का पीरियड निकलिया ना जिहड़ा गुरबाणी पढ़ता है समझता ना वह दस साल के पीरियड में दस मिनट कर सकता है। यह गुरबाणी का फायदा है, गुरबाणी यह स्टेट ऑफ माइंड सानू दिंदी है, ता करके असी गुरबाणी को पढ़ना समझना साढ़े वास्ते जरूरी है क्योंकि यह कंसर्न मेरे नाल है। असी पहले दिन यही गल की जब तक असी गुरबाणी को इस ढंग के नाल नहीं समझा रहे ना कि यह मेरे नाल कंसर्न है, यदा कुछ यदा कनेक्ट मेरे नाल है, तब तक असी उहदे अंदर डुब नहीं सकते। सो दस साल का पीरियड दस मिनट के विच असी कर सकते हैं, और ऐसा होंदा भी है साडी लाइफ दे कई असी देखते हैं सेम प्रॉब्लम होंदी है, कोई बंदा आराम नाल निकल जाता उहदे विच और कोई उहदे विच बिल्कुल डिप्रैशन दे चल जाता, प्रॉब्लम सेम होंदी है लेकिन स्टेट ऑफ माइंड अलग अलग होंदी, सोच अलग अलग होंदी, क्योंकि प्रॉब्लम दी दुख दी कोई स्पेसिफिक डेफिनेशन नहीं हैगी कि यह फलानी चीज होएगी ता ही दुख होएगा, सबकी अपनी अपनी डेफिनेशन है, सब का अपना अपना समझने का तरीका है, लेकिन सिंपल अभी डेफिनेशन यदि मनी है ना जिस गल जिस सिचुएशन नू मैं दुख करके मान लिया ना बस मेरे पास वही दुख है और कोई दुख की डेफिनेशन नहीं। इसे करके गुरबाणी सानू दसदी है जो नर दुख मैं दुख नहीं मन है, दुख है प्रॉब्लम है पर मैं मनता नहीं हूं, बस सानू यह हौसला दिंदी है सानू गुरबाणी, यह नहीं कहती कि तेरे अंदर दुख नहीं आने, कोई गारंटी नहीं दिंदी गुरबाणी कि तेन प्रॉब्लम नहीं आएगी, प्रॉब्लम तो जिन्हों असी प्रॉब्लम कहते हैं जिन्हों असी प्रॉब्लम समझते हैं असी अपनी लाइफ की उस प्रॉब्लम नू इसी पॉइंट पर रखिए और उस दे मुकाबले उस चीज को याद करिए जब तो गुरु अर्जन साहब उस तखत पर बैठे हुए एक जगह पर और जहांगीर का फरमान आता है उस तखत तो उस इतनी शानो शौकत तो लद के उसकी तद तभी चले जाते, क्या साडा प्रॉब्लम साढ़े दुख उस तो ज्यादा वड्डा हो सकता है, लेकिन बैलेंस किन्ना है जिस खेड़े के तखत पर बैठे ने उस खेड़े तत्ती तभी से बैठे एग्जाम्पल सैट किए ने साढ़े वास्ते। गुरु तेग बहादुर साहब जो घरों तुरते हैं उन्होंने पता कि मेरे को की होना, पूरी शहीदी की उन्होंने पता से की होने वाला पूरी तैयारी करके आए हैं,
ਬਿਲਕੁਲ ਖੇੜੇ ਵਿੱਚ ਆਏ। ਗੁਰੂ ਗੋਬਿੰਦ ਸਿੰਘ ਸਾਹਿਬ ਚਾਰ ਬੱਚੇ ਚਾਰ ਬੇਟੇ ਚਾਰੋਂ ਸ਼ਹੀਦ। ਸਾਡਾ ਤੇ ਬੱਚਾ ਬੈਠ ਤੋਂ ਗਿਰ ਜਾਵੇ ਤੇ ਸਾਡੀ ਜਾਨ ਨਿਕਲ ਜਾਂਦੀ। ਚਾਰ ਬੱਚੇ ਸ਼ਹੀਦ ਹੋ ਗਏ, ਧਨ ਦੌਲਤ ਸਰਮਾਇਆ ਮਹਿਲ ਸਭ ਕੁਛ ਖਤਮ ਹੋ ਗਿਆ। ਅਗਰ ਵਾਰ ਦੇ ਅਗਰ ਪੈਰਾਮੀਟਰਸ ਦੇਖੀਏ ਨਾ ਅਸੀਂ, ਅਗਰ ਕੋਈ ਇਸ ਤਰ੍ਹਾਂ ਐਨਾਲਿਸਿਸ ਕਰੇ ਵਾਰ ਦੇ ਪੈਰਾਮੀਟਰਸ ਨਾਲ, ਉਹ ਕਹੇਗਾ ਗੁਰੂ ਗੋਬਿੰਦ ਸਿੰਘ ਸਾਹਿਬ ਜੰਗ ਹਾਰ ਗਏ। ਲੇਕਿਨ ਨਹੀਂ, ਉੱਥੋਂ ਨਿਕਲਦੇ ਨੇ ਤੇ ਫਿਰ ਉਹ ਜ਼ਫਰਨਾਮਾ ਜੰਗ ਦੀ ਚਿੱਠੀ ਲਿਖਦੇ ਨੇ ਕਿ ਮੈਂ ਜਿੱਤਿਆ। ਸੋ ਐਗਜ਼ਾਮਪਲ ਨੇ ਸਾਡੇ ਵਾਸਤੇ, ਸੰਪੈ ਦੇਖਣਾ ਹਰ ਕੀ ਹੈ, ਵਿਪਤ ਦੇਖਣਾ ਰੋਏ। ਜੋ ਸੰਪੈ ਤੇ ਉਹ ਵਿਪਤ ਹੈ, ਵਿਧਨ ਰਚਿਆ ਸੋ ਹੋਏ। ਸੋ ਹੁਕਮ ਨਿਯਮ ਸਿਸਟਮ ਸਾਨੂੰ ਸਮਝ ਆਉਂਦਾ ਹੈ ਕਿ ਕੀ ਕਦਾ ਕਾਰਨ ਹੈ, ਅਸੀਂ ਡਿਪਰੈਸ਼ਨ ਚ ਨਹੀਂ ਜਾਂਦੇ। ਕਹਿ ਕਬੀਰ ਅਬ ਜਾਣਿਆ ਸੰਤਨ ਹਿਰਦੈ ਮਝਾਰ। ਕਹਿ ਕਬੀਰ ਅਬ ਜਾਣਿਆ, ਹੁਣ ਸਮਝ ਆਈ ਹੈ। ਜਿਸ ਦਿਨ ਸਾਨੂੰ ਇਹ ਅਬ ਦੀ ਗੱਲ ਸਮਝ ਆਉਂਦੀ ਨਾ, ਅਬ ਜਾਣਿਆ, ਇੱਕ ਵਾਰ ਅਸੀਂ ਸ਼ਬਦ ਡਿਸਕਸ ਕੀਤਾ ਸੀ, ਅਬ ਹਮ ਚਲੀ ਠਾਕੁਰ ਪਿਆਰ। ਅਬ ਮਤਲਬ ਇਸ ਤੋਂ ਪਹਿਲੇ ਮੈਂ ਕੁਛ ਕਰਦਾ ਰਿਹਾ, ਮੈਂ ਕੁਛ ਕਰਦੀ ਰਹੀ, ਲੇਕਿਨ ਹੁਣ ਮੈਨੂੰ ਸਮਝ ਆਈ ਹੈ ਨਾ, ਹੁਣ ਇਸ ਤੋਂ ਬਾਅਦ ਮੈਂ ਇਸ ਡਰੋਪ ਕੀਤਾ। ਅਬ ਸਾਡੀ ਲਾਈਫ ਦੇ ਚ ਅਬ ਦੀ ਸਿਚੁਏਸ਼ਨ ਨਹੀਂ ਆਉਂਦੀ, ਇਹ ਹੁਣ ਇਸ ਪਲ ਤੋਂ। ਇੱਕ ਸ਼ਬਦ ਅਸੀਂ ਹੋਰ ਬੜਾ ਆਮ ਤੌਰ ਤੇ ਆਨੰਦ ਕਾਰਜ ਤੇ ਪੜ੍ਹਿਆ ਜਾਂਦਾ, ਅੱਬੇ ਸਾਗ ਕੁੜਾਵੇ ਡਿੱਠੇ ਤਾਂ ਪੱਲੇ ਤੈਂਡੇ ਲਾਗੀ। ਹਾਲਾਂਕਿ ਉਹ ਆਨੰਦ ਸਾਹਿਬ ਚ ਪੜ੍ਹਿਆ ਜਾਂਦਾ, ਸੋਰੀ ਆਨੰਦ ਕਾਰਜਾਂ ਦੇ ਚ ਪੜ੍ਹਿਆ ਜਾਂਦਾ, ਲੇਕਿਨ ਜਦੋਂ ਪਰਮਾਤਮਾ ਦੇ ਨਾਲ ਉਸਨੂੰ ਰਿਲੇਟ ਕਰੀਏ ਨਾ, ਤੇ ਕਹਿੰਦੇ ਹੱਬੇ ਸਾਗ ਕੁੜਾਵੇ ਡਿੱਠੇ, ਸਾਰੇ ਜਿਹੜੇ ਆ ਮੈਨੂੰ ਚੀਜ਼ਾਂ ਜਿਹੜੀਆਂ ਨੇ ਨਾ, ਹੁਣ ਮੈਨੂੰ ਉਹਦੀ ਸਮਝ ਆਈ ਹੈ ਨਾ ਕਿ ਕੀ ਹੈ। ਤਾਂ ਸਾਨੂੰ ਉਹ ਚੀਜ਼ਾਂ ਸਮਝ ਨਹੀਂ ਆਉਂਦੀਆਂ। ਉਹ ਇੱਥੇ ਕਬੀਰ ਸਾਹਿਬ ਕਹਿੰਦੇ ਨੇ, ਕਹੋ ਕਬੀਰ ਅਬ ਜਾਣਿਆ, ਹੁਣ ਮੈਨੂੰ ਸਮਝ ਆਈ ਹੈ, ਹੁਣ ਮੈਨੂੰ ਪਤਾ ਲੱਗਾ। ਇੱਕ ਹੋਰ ਕਬੀਰ ਸਾਹਿਬ ਦਾ ਬੜਾ ਪਿਆਰਾ ਸ਼ਬਦ ਹੈ, ਕਿਆ ਪੜ੍ਹੀ ਆ ਕਿਆ ਗੁਣੀ ਆ, ਕਿਆ ਵੇਦ ਪੁਰਾਣਾ ਸੁਣੀ ਆ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ, ਅੰਧਿਆਰੇ ਦੀਪਕ ਚਈ ਹੈ, ਇੱਕ ਵਸ ਅਗੋਚਰ ਲਈ ਹੈ, ਵਸ ਅਗੋਚਰ ਪਾਈ ਘੱਟ ਦੀਪਕ ਰਿਹਾ ਸਮਾਈ। ਕਹਿ ਕਬੀਰ ਅਬ ਜਾਣਿਆ, ਜਬ ਜਾਣਿਆ ਤੋ ਮਨ ਮਾਨਿਆ। ਅਸੀਂ ਸਭ ਕੁਛ ਜਾਣ ਲੈਂਦੇ ਹਾਂ, ਅਸੀਂ ਆ ਕੇ ਸੁਣ ਲੈਂਦੇ ਹਾਂ ਬੜਾ ਕੁਛ, ਉਹ ਅਸੀਂ ਸੁਣਨਾ ਜਸਟ ਇਨਫੋਰਮੇਸ਼ਨ, ਵੀ ਗੇਨ ਜਸਟ ਇਨਫੋਰਮੇਸ਼ਨ, ਅਸੀਂ ਨੌਲੇਜ ਨਹੀਂ ਲੈਂਦੇ, ਅਸੀਂ ਇਨਫੋਰਮੇਸ਼ਨ ਲੈਂਦੇ। ਹੁਣ ਭਾਈ ਸਾਹਿਬ ਵੀ ਇਹੀ ਗੱਲ ਕਰਦੇ ਸੀ, ਇਨਫੋਰਮੇਸ਼ਨ ਔਰ ਨੌਲੇਜ ਬੜਾ ਫਰਕ ਹੈ। ਇਨਫੋਰਮੇਸ਼ਨ ਤਾਂ ਮੈਨੂੰ ਪਤਾ ਲੱਗ ਗਿਆ, ਹਾਂ ਸਵੇਰੇ ਉੱਠ ਕੇ ਐਕਸਰਸਾਈਜ਼ ਕਰਨੀ ਚਾਹੀਦੀ ਹੈ, ਬਾਡੀ ਵਾਸਤੇ ਅੱਛੀ ਹੁੰਦੀ ਹੈ, ਮੈਨੂੰ ਪਤਾ ਲੱਗ ਗਿਆ, ਬਸ ਮੈਂ ਜਾਣ ਲਿਆ। ਲੇਕਿਨ ਮੰਨਾਂ ਨਾ ਉਦੋਂ ਜਿਸ ਦਿਨ ਮੈਂ ਉੱਠ ਕੇ ਕਰਨਾ ਸ਼ੁਰੂ ਕਰਦਾ। ਇਹਨੂੰ ਕਹਿੰਦੇ ਨੇ ਅਸਲ ਵਿੱਚ ਜਾਣ ਲਿਆ। ਕਹੋ ਕਬੀਰ ਅਬ ਜਾਣਿਆ, ਜਬ ਜਾਣਿਆ ਤੋਂ ਮਨ ਮਾਨਿਆ। ਜਦੋਂ ਮੇਰਾ ਮਨ ਮੰਨ ਗਿਆ ਨਾ, ਉਹਨੂੰ ਮੈਂ ਪ੍ਰੈਕਟਿਸ ਦੇ ਵਿੱਚ ਲਿਆਂਦਾ, ਤਾਂ ਸਮਝੋ ਕਿ ਅਸਲੀ ਜਾਣਿਆ, ਤਾਂ ਮੈਨੂੰ ਗਿਆਨ ਹੋਇਆ। ਅਦਰਵਾਈਜ਼ ਪਹਿਲੇ ਤਾਂ ਸਿਰਫ ਇੱਕ ਇਨਫੋਰਮੇਸ਼ਨ ਆਈ ਸੀ ਮੇਰੇ ਕੋਲ, ਇਨਫੋਰਮੇਸ਼ਨ ਤਾਂ ਸਾਨੂੰ ਪਤਾ ਕਿ ਐਲਕੋਹਲ ਦੇ ਨਾਲ ਸਰੀਰ ਖਰਾਬ ਹੁੰਦਾ, ਸਾਨੂੰ ਪਤਾ, ਪਰ ਛੱਡਾਂਗੇ ਤਾਂ ਤਾਂ ਹੀ ਪਤਾ ਲੱਗੇਗਾ ਕਿ ਹੁਣ ਗਿਆਨ ਹੋਇਆ। ਅਬ ਜਾਣਿਆ, ਕਹੋ ਕਬੀਰ ਅਬ ਜਾਣਿਆ ਸੰਤਨ ਹਿਰਦੈ ਮਝਾਰ। ਸੰਤਨ ਹਿਰਦੇ ਵਿੱਚ ਵਸਿਆ, ਹੁਣ ਇੱਥੇ ਥੋੜਾ ਜਿਹਾ ਕੰਪਲੀਕੇਟਿਡ ਆ, ਅਸੀਂ ਅਲੱਗ ਇੱਕ ਟਾਈਮ ਲੈ ਕੇ ਕਰ ਸਕਦੇ ਹਾਂ, ਲੇਕਿਨ ਗੁਰਬਾਣੀ ਦੇ ਵਿੱਚ ਜਦੋਂ ਸੰਤ ਔਰ ਸੰਤਨ ਲਫ਼ਜ਼ ਆਇਆ ਨਾ, ਉਦੋਂ ਕੇਵਲ ਤੇ ਕੇਵਲ ਗੁਣਾਂ ਵਾਸਤੇ ਔਰ ਉਸ ਅਕਾਲ ਪੁਰਖ ਵਾਸਤੇ ਆਇਆ, ਜੋ ਕਿਤੇ ਲਫ਼ਜ਼ ਸੰਤਨ, ਅਸੀਂ ਗ੍ਰਾਮਰ ਦੇਖਾਂਗੇ ਨਾ, ਸੰਤਨ ਦਾ ਲਫ਼ਜ਼ ਮਤਲਬ ਦਾ ਹੁੰਦਾ ਪਲੂਰਲ ਸੈਂਸ ਵਿੱਚ ਹੈਗਾ ਸੰਤਨ,
तो बहुत सारे संत मेरे पास कहने होते किन्ने संत, क्योंकि भाव है रमैया गुण गई है, तो संतन भाव बहुत सारे गुण जो जान लिया ना ये गुण मेरे हिरदे वसे ने, संतन हृदय मजार हृदय भाव हिरदे मजार भाव वस गए। सेवक सो सेवा भले जैकट वसै मुरार, सेवक सो ओ सेवक है, असि तो समझते सिर्फ गुरुद्वारे आके झाड़ू पोचा कर लिया लंगर की सेवा कर लिया सेवा है, यह सेवा है ही है, लेकिन जो अस गुरबाणी रिलेट होंगे ना तो गुरबाणी सानू सेवक की डेफिनेशन दी है, गुरु के ग्रह सेवक जो रह गया रह, गुरु की आ गया मन में सर, यह सेवक की डेफिनेशन है। सो सेवक जिस कृपा करी की करता जी निमक निमक जब नानक हरी, गुरबाणी से सानू सारे आंसर मिलते हैं, सारे जवाब सारे साढ़े को सोल्यूशन साढ़े को गुरबाणी में पे हैं, कितने भी होर जान की लोड़ नहीं। सेवक सो सेवा भले जय कट वसै मुरार, जय कट वसै मुरार भाव ओ अकाल पुरख ओ निरंकार ओ प्रभु जेड़े हिरदे च वसया ओ सेवक है, जिसके हिरदे में अकाल पुरख वसदा ना फिर अगली सेवा अपने आप गरीबां दी पोचियां दी सारी सेवाओं फिर अपने आप होंदिया है, अंदरों चित करता फिर अपने आप चलदियां, फिर कोई खास नहीं उन्हें एफर्ट करना पड़ता तो अपने अंदर ही चित करता। सो पूरा शब्द असी तो समझे कि केवल तो केवल उस अकाल पुरख के परमात्मा के गुणों धारण की गल कबीर साहब करते हैं, सो यही गुणा की गल असी सारे इतने तुहाडे नाल बच्चों के नाल सांझ कर रहे हैं, जो गुरु ग्रंथ साहब चो सानू मिले ने जो गुरबाणी चो सानू समझ आए हैं वो सारे बच्चों के नाल तुहाडे नाल सांझ पा रहे हैं, जिन्नी कि सानू उस परमात्मा ने सोची बख्शी है असं तुहाडे नाल सांझ करांगे, एक दिन साढ़े कोल होर है गल आप सारे का सहयोग की बहुत बहुत धन्यवाद, अमृतिक सजना का भी आप सारी संगत का गुणा चुका दिखेगा। वाहेगुरु जी का खालसा वाहेगुरु जी की।